ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਮਨੋਜ ਜੋਸ਼ੀ। ਅਖਾੜਾ ਵਿਜੇ ਚੌਵੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀ। ਇੱਥੋਂ ਬੀਜੇਪੀ ਵੱਲੋਂ ਆਪਣੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੂੰ ਉਤਾਰਿਆ ਗਿਆ, ਜਿਹੜੇ ਕਿ RSS ਵਿੱਚ ਰਹੇ, ਬਚਪਨ ਤੋਂ ਉਹ ਪਾਰਟੀਆਂ ਜੁੜੇ ਹੋਏ ਹੈ ਅਤੇ ਇਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਲੈ ਕੇ ਪਾਰਟੀ ਦਾ ਸੰਗਠਨ ਹੈਗਾ ਭਾਰਤੀ ਜਨਤਾ ਪਾਰਟੀ ਪੰਜਾਬ ਦਾ, ਉਹ 'ਚ ਅਹਿਮ ਪਦ 'ਤੇ ਰਹੇ ਹਾਂ ਔਰ ਬਹੁਤ ਸਾਰੇ ਪ੍ਰੋਜੈਕਟ ਸੀ ਜਿਹੜੇ ਬੀਜੇਪੀ ਦੇ ਸੈਂਟਰ ਵੱਲੋਂ ਆਏ, ਉਹਨਾਂ ਨੂੰ ਬਾਖੂਬੀ ਪੰਜਾਬ ਦੇ ਵਿੱਚ ਉਤਾਰਿਆ ਅਤੇ ਅੱਜ ਜਿਹੜੀ ਪਾਰਟੀ ਹੈਗੀ ਆ ਉਹ ਜੜ੍ਹਾਂ ਤੱਕ ਅਸੀਂ ਕਹੀਏ ਕਿ ਘਰ ਘਰ ਤੱਕ, ਗਲੀ ਗਲੀ ਤੱਕ ਪਹੁੰਚੇ, ਉਹਦੇ ਵਿੱਚ ਸੁਭਾਸ਼ ਸ਼ਰਮਾ ਉਹਨਾਂ ਦਾ ਬਹੁਤ ਜ਼ਿਆਦਾ ਰੋਲ ਹੈਗਾ। ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਕਿ ਆਪਾਂ ਕਹੀਏ ਕਿ ਪੜ੍ਹੇ ਲਿਖੇ ਵਿਅਕਤੀ ਨੇ ਅਤੇ ਅਨੰਦਪੁਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਹੈਗਾ ਉੱਥੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ, ਚਾਹੇ ਉਹ ਉਸ ਟਾਈਮ ਅਕਾਲੀ ਦਲ ਕੋਲ ਸੀਟ ਸੀਗੀ, ਉਸ ਟਾਈਮ ਵੀ ਉਹ ਕੰਪੇਨ ਚਲਾਏ ਹੋ ਸਕੇ ਅਤੇ ਇਹ ਚਾਹੁੰਦੇ ਸੀ ਕਿ ਇਹ ਸੀਟ ਜਿਹੜੀ ਹੈਗੀ ਹੈ ਇਹ ਬੀਜੇਪੀ ਨੂੰ ਮਿਲਣੀ ਚਾਹੀਦੀ ਹੈ। ਪਰ ਹੁਣ ਜਿਹੜਾ ਹੈਗਾ ਉਹਨਾਂ ਨੂੰ ਇੱਥੋਂ ਉਮੀਦਵਾਰ ਬਣਾਇਆ ਗਿਆ ਹੈਗਾ। ਸਾਡੇ ਨਾਲ ਡਾਕਟਰ ਸੁਭਾਸ਼ ਸ਼ਰਮਾ ਜੀ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਮੀਡੀਆ ਵਿੱਚ। ਥੈਂਕ ਯੂ ਮਨੋਜ ਭਾਈ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਹੈਗਾ ਕਿ ਤੁਸੀਂ ਜਿਹੜੀ ਤੁਹਾਡੀ ਤਕਰੀਬਨ 15 ਸਾਲ ਦੀ ਇੱਛਾ ਸੀਗੀ ਉਹ ਪੂਰੀ ਹੋਈ ਆ, ਤੁਹਾਨੂੰ ਟਿਕਟ ਮਿਲਿਆ ਹੈਗਾ, ਪਾਰਟੀ ਨੇ ਤੁਹਾਡੇ ਪਰ ਵਿਸ਼ਵਾਸ ਦਿੱਤਾਇਆ ਹੈਗਾ ਅਤੇ ਖਾਲਸੇ ਦੀ ਧਰਤੀ ਦੀ ਜਿਹੜੀ ਸੀਟ ਹੈ ਤੁਹਾਡੇ ਕੋਲ ਆਈ ਹੈ, ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਔਰ ਤੁਹਾਡਾ ਕਿਆ ਪਲਾਨ ਹੈਗਾ? ਬਹੁਤ ਬਹੁਤ ਧੰਨਵਾਦ ਮਨੋਜ ਜੀ। ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਔਰ ਤੁਹਾਨੂੰ ਯਾਦ ਹੋਏਗਾ ਕਿ 2018 ਜਦੋਂ ਮੈਂ ਅਨੰਦਪੁਰ ਸਾਹਿਬ ਲੋਕ ਸਭਾ ਦਾ ਪੇਜ ਬਣਾ ਕੇ ਕੰਪੇਨ ਸ਼ੁਰੂ ਕੀਤੀ, ਸਭ ਤੋਂ ਪਹਿਲੀ ਸਟੋਰੀ ਤੁਸੀਂ ਕੀਤੀ ਸੀ ਭਾਸਕਰ 'ਚ ਕਿ ਅਕਾਲੀ ਦਲ ਦੀ ਸੀਟ 'ਤੇ ਬੀਜੇਪੀ ਦਾ ਲੀਡਰ ਕੰਪੇਨ ਚਲਾ ਰਿਹਾ ਹੈ। ਮੈਨੂੰ ਉਦੋਂ ਵੀ ਵਿਸ਼ਵਾਸ ਸੀ ਕਿ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਪੰਜਾਬ 'ਚ ਵਧਣਗੀਆਂ ਔਰ ਬੀਜੇਪੀ ਨੂੰ ਉਹ ਸੀਟ ਮਿਲੇਗੀ। ਖੈਰ ਉਹ ਗੱਲ ਨਹੀਂ ਸਿਰੇ ਚੜ੍ਹੀ, ਲੇਕਿਨ ਦੇਰ ਆਏ ਦਰੁਸਤ ਆਏ, ਅਲਟੀਮੇਟਲੀ ਅਕਾਲੀ ਦਲ ਦਾ ਸਾਡਾ ਸਾਥ ਛੁੱਟਿਆ, ਇਹ ਸੀਟ ਭਾਰਤੀ ਜਨਤਾ ਪਾਰਟੀ ਲੜ ਰਹੀ ਹੈ ਔਰ ਮੈਨੂੰ ਮੌਕਾ ਮਿਲਿਆ, ਬਹੁਤ ਅੱਛਾ ਲੱਗ ਰਿਹਾ। ਲੰਬੇ ਸਮੇਂ ਤੋਂ ਮੈਂ ਜਦੋਂ ਤੋਂ ਮੋਹਾਲੀ 'ਚ ਰਹਿ ਰਿਹਾ ਉਦੋਂ ਤੋਂ ਮੈਂ ਇਸ ਹਲਕੇ ਦੇ ਅੰਦਰ ਵਿਚਰ ਰਿਹਾ ਔਰ ਗੁਰੂਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲੇ, ਅਸੀਂ ਮੇਰੇ ਮਨ 'ਚ ਇੱਛਾ ਸੀ ਔਰ ਮੈਂ ਤਾਂ ਬੜਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਮੈਨੂੰ ਦੋ ਗੁਰੂਨਗਰੀਆਂ ਦਾ ਆਸ਼ੀਰਵਾਦ ਮਿਲ ਗਿਆ। ਮੇਰਾ ਜਨਮ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਇਆ, ਪੜ੍ਹਾਈ ਉੱਥੇ ਹੋਈ, ਮੈਂ ਸਟੂਡੈਂਟ ਲੀਡਰ ਬਣਿਆ, ਪੂਰੇ ਪੰਜਾਬ 'ਚ ਕੰਮ ਕੀਤਾ ਵਿਦਿਆਰਥੀਆਂ ਦੇ ਮਸਲਿਆਂ ਨੂੰ ਲੈ ਕੇ ਔਰ ਫਿਰ ਜਦੋਂ ਮੈਂ ਮੋਹਾਲੀ ਆਇਆ 12 ਸਾਲ ਪਹਿਲਾਂ ਤਾਂ ਮੇਰੇ ਮਨ 'ਚ ਇੱਛਾ ਸੀ ਕਿ ਮੈਂ ਸਿਆਸਤ 'ਚ ਆ ਗਿਆ ਅਤੇ ਮੈਂ ਇਲੈਕਸ਼ਨ ਲੜਨਾ ਹੈ ਅਤੇ ਮੈਂ ਬੜੇ ਸੋਚ ਵਿਚਾਰ ਕੇ ਔਰ ਗੁਰੂ ਸਾਹਿਬ ਦੀ ਮੈਨੂੰ ਪ੍ਰੇਰਨਾ ਦਿੱਤੀ ਕਿ ਜਨਮ ਭੂਮੀ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਅਤੇ ਕਰਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਬਣਨੀ ਹੈ ਅਤੇ ਮੈਂ ਇੱਥੋਂ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ। ਲੰਬੇ ਸਮੇਂ ਤੋਂ ਉਸ ਹਲਕੇ 'ਚ ਵਿਚਰ ਰਿਹਾ ਔਰ ਬਹੁਤ ਜ਼ਿਆਦਾ ਉਤਸ਼ਾਹ ਹੈ ਜਦੋਂ ਦੀ ਮੈਨੂੰ ਟਿਕਟ ਅਨਾਊਂਸ ਹੋਈ ਹੈ, ਬਹੁਤ ਪਿਆਰ ਬਹੁਤ ਸਮਰਥਨ ਮਿਲ ਰਿਹਾ। ਤੁਸੀਂ ਕੱਲ੍ਹ ਦੇਖਿਆ ਹੋਇਆ, ਕੱਲ੍ਹ ਜਦੋਂ ਮੈਂ ਨਾਮਜ਼ਦਗੀ ਭਰਨ ਗਿਆ, ਆਪ ਮੁਹਾਰੇ ਲੋਕ ਪਿੰਡਾਂ ਪਿੰਡਾਂ 'ਚੋਂ ਉੱਠ ਕੇ ਉੱਥੇ ਮੈਨੂੰ ਆਸ਼ੀਰਵਾਦ ਦੇਣ ਲਈ ਆਏ ਸੀ। ਸੋ ਬਹੁਤ ਅੱਛਾ ਜਿਹੜਾ ਰਿਸਪੋਂਸ ਹੈ ਔਰ ਬਹੁਤ ਅੱਛੀ ਕੈਂਪੇਨ ਚੱਲ ਰਹੀ ਹੈ। ਅਤੇ ਅਕਾਲੀ ਦਲ ਦੀ ਗੱਲ ਕਰੀਏ, ਤੁਹਾਡੇ ਜਿਹੜੇ ਭਾਈਵਾਲ ਰਹੇ ਨੇ ਅਕਾਲੀ ਜਿਹੜੀ ਸੀ ਅਕਾਲੀ ਦਲ ਸੀਗਾ ਪਹਿਲਾਂ, ਅਤੇ ਉਹਨਾਂ ਵਾਸਤੇ ਤੁਸੀਂ ਕੰਪੇਨ ਕਰ ਚੁੱਕੇ, ਚੰਦੂ ਮਾਜਰਾ ਸਾਹਿਬ ਨੂੰ ਜਿਤਾਇਆ ਇੱਕ ਵਾਰੀ ਅਤੇ ਦੂਜੀ ਵਾਰੀ ਮਨੀਸ਼ ਤਿਵਾੜੀ ਜਿੱਤ ਗਏ ਸੀਗੇ, ਅਤੇ ਕੀ ਲੱਗਦਾ ਕਿ ਇਸ ਵਾਰ ਤੁਸੀਂ ਦੋਨੋਂ ਅਲੱਗ ਅਲੱਗ ਹੈਗੇ, ਕੋਈ ਫਰਕ ਪੈਣ ਵਾਲਾ ਹੈ ਕੋਈ? ਦੇਖੋ, ਮੈਂ ਇਹ ਸਵਾਲ ਵਾਰ ਵਾਰ ਮੈਨੂੰ ਆਉਂਦਾ ਹੀ ਹੈ। ਮੈਂ ਤਾਂ ਇੱਕੋ ਗੱਲ ਕਹਿੰਦਾ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਬੋ ਛੁੱਟੀ, ਸਾਡਾ ਤਾਂ ਬਹੁਤ ਛੁਟਕਾਰਾ ਹੋ ਗਿਆ ਇਹਨਾਂ ਤੋਂ। ਪੰਜਾਬ ਦੇ ਲੋਕਾਂ ਦੇ ਮਨ 'ਚ ਦੇਖੋ ਅਕਾਲੀ ਦਲ ਪ੍ਰਤੀ ਕੋਈ ਬਹੁਤ ਚੰਗਾ ਭਾਵ ਹੁਣ ਨਹੀਂ ਹੈਗਾ, ਸਾਡਾ ਉਹਨਾਂ ਨਾਲ ਲੰਬਾ ਗੱਠਜੋੜ ਰਿਹਾ। ਬਾਦਲ ਸਾਹਿਬ ਦੀ ਗੱਲ ਹੋਰ ਸੀ ਔਰ ਉਸ ਵੇਲੇ ਦੇ ਹਾਲਾਤ ਹੋਰ ਸੀ, ਲੇਕਿਨ ਅੱਜ ਜਿਹੜਾ ਅਕਾਲੀ ਦਲ ਉਹ ਨਵੀਂ ਤਰ੍ਹਾਂ ਦਾ ਅਕਾਲੀ ਦਲ ਬਣ ਗਿਆ। ਇਸ ਕਰਕੇ ਬੀਜੇਪੀ ਨੂੰ ਜੋ ਸਮਰਥਨ ਅੱਜ ਮਿਲ ਰਿਹਾ ਪਿੰਡਾਂ 'ਚੋਂ ਵੀ, ਸ਼ਹਿਰਾਂ 'ਚੋਂ ਵੀ, ਕਸਬਿਆਂ 'ਚੋਂ ਵੀ, ਲੋਕ ਇਹ ਗੱਲ ਕਹਿ ਰਹੇ ਕਿ ਯਾਰ ਅਸੀਂ ਕਾਂਗਰਸ ਨੂੰ ਦੇਖ ਲਿਆ, ਅਸੀਂ ਅਕਾਲੀਆਂ ਨੂੰ ਦੇਖ ਲਿਆ, ਉਹਨਾਂ ਤੋਂ ਦੁਖੀ ਹੋ ਕੇ ਅਸੀਂ ਝਾੜੂ ਵੱਲ ਗਏ ਸੀ, ਉਹ ਝਾੜੂ ਵਾਲਿਆਂ ਦਾ ਵੀ ਝੂਠਾ ਇਨਕਲਾਬੀ ਚਿਹਰਾ ਬੜੀ ਬੁਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ। ਇਸ ਵਾਰ ਅਸੀਂ ਨਰਿੰਦਰ ਮੋਦੀ ਦੇ ਨਾਲ ਚੱਲਣਾ, ਜਿਸ ਤਰ੍ਹਾਂ ਮੋਦੀ ਸਾਹਿਬ ਨੇ ਦੇਸ਼ ਨੂੰ ਸਵਾਰਿਆ,
ਜਿਸ ਤਰ੍ਹਾਂ ਨਾਲ ਬੀਜੇਪੀ ਦੀਆਂ ਸਰਕਾਰਾਂ ਅਲੱਗ ਅਲੱਗ ਸੂਬਿਆਂ 'ਚ ਕੰਮ ਕਰ ਰਹੀਆਂ, ਖਾਸ ਕਰਕੇ ਪੰਜਾਬ ਦੇ ਲੋਕ ਹਰਿਆਣੇ ਤੋਂ ਬੜੇ ਪ੍ਰਭਾਵਿਤ ਨੇ, ਯੂਪੀ ਤੋਂ ਬੜੇ ਇੰਪ੍ਰੈਸ ਨੇ ਕਿ ਯੂਪੀ 'ਚ ਯੋਗੀ ਸਾਹਿਬ ਨੇ ਕਿਵੇਂ ਲਾਅ ਐਂਡ ਆਰਡਰ ਸਥਾਪਿਤ ਕੀਤਾ, ਕਿਵੇਂ ਉੱਥੋਂ ਗੈਂਗਸਟਰਾਂ ਦਾ ਖਾਤਮਾ ਕੀਤਾ, ਅੱਜ ਪੰਜਾਬ ਦੀ ਕੀ ਹਾਲਤ ਹੈ, ਪੰਜਾਬ 'ਚ ਜਿਵੇਂ ਗੈਂਗਸਟਰ ਪਨਪੇ ਪਿਛਲੇ 3-4 ਸਾਲਾਂ ਤੋਂ, ਜਿਵੇਂ ਮਾਫੀਆ ਪਨਪ ਰਿਹਾ, ਪੰਜਾਬ ਦੇ ਲੋਕ ਉਮੀਦ ਕਰ ਰਹੇ ਕਿ ਯਾਰ ਅਗਰ ਬੀਜੇਪੀ ਉਹਨਾਂ ਸਟੇਟਾਂ ਨੂੰ ਠੀਕ ਕਰ ਸਕਦੀ ਹੈ, ਅਗਰ ਬੀਜੇਪੀ ਦੇਸ਼ ਨੂੰ ਖੜਾ ਕਰ ਸਕਦੀ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ ਕਰ ਸਕਦੀ। ਸੋ ਇਸ ਕਰਕੇ ਬਹੁਤ ਜ਼ਬਰਦਸਤ ਰੁਝਾਨ ਹੈ, ਕੋਈ ਮੈਨੂੰ ਕਹਿੰਦਾ ਕੋਈ ਫਰਕ ਨਹੀਂ ਪੈਣਾ, ਉਲਟਾ ਕਹਿੰਦਾ ਇਹਨਾਂ ਦਾ ਸਾਥ ਛੱਡਣ ਕਰਕੇ ਸਾਨੂੰ ਫਾਇਦਾ ਹੋ ਗਿਆ। ਵੱਡੀ ਗਿਣਤੀ 'ਚ ਲੋਕ ਸੀ ਜਦੋਂ ਅਸੀਂ ਕੈਂਪੇਨ ਲਈ ਜਾਂਦੇ ਸੀ, ਮਿਲਣ ਜਾਂਦੇ ਸੀ, ਉਹ ਕਹਿੰਦੇ ਜੀ ਅਸੀਂ ਮੋਦੀ ਸਾਹਿਬ ਦੇ ਨਾਲ ਹਾਂ, ਅਸੀਂ ਬੀਜੇਪੀ ਦੇ ਨਾਲ ਹਾਂ, ਪਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਅਕਾਲੀਆਂ ਨਾਲ ਨਹੀਂ ਜਾਓਗੇ। ਸੋ ਇਸ ਕਰਕੇ ਬੀਜੇਪੀ ਨੂੰ ਉਹਦਾ ਬੜਾ ਲਾਭ ਮਿਲ ਰਿਹਾ, ਲੋਕ ਆਲਟਰਨੇਟ ਭਾਲ ਰਹੇ ਸੀ ਅਤੇ ਲੋਕਾਂ ਨੂੰ ਹੁਣ ਆਲਟਰਨੇਟ ਮਿਲ ਰਿਹਾ। ਤੁਸੀਂ ਆਲਟਰਨੇਟ ਗੱਲ ਕਰਦੇ ਹੋ, ਅਕਾਲੀ ਦਲ ਦਾ ਨਾਰਾ ਹੀ ਸਪਸ਼ਟ ਹੈ ਕਿ ਦਿੱਲੀ ਦੀ ਪਾਰਟੀ ਨਹੀਂ ਖੇਤਰੀ ਪਾਰਟੀ ਚੁਣੋ, ਔਰ ਇਹ ਕਹਿੰਦੇ ਕਿ ਬੀਜੇਪੀ ਤਾਂ ਜਿਹੜੀ ਹੈਗੀ ਆ ਉਹ ਪਿੰਡਾਂ ਦੀ ਪਾਰਟੀ ਨਹੀਂ ਤਾਂ ਸ਼ਹਿਰਾਂ ਦੀ ਪਾਰਟੀ ਹੈ, ਪਿੰਡਾਂ 'ਚ ਕੋਈ ਵੋਟ ਨਹੀਂ ਪੈਣੀ, ਕਿਸਾਨ ਨਾਰਾਜ਼। ਇਹ ਤਾਂ ਦੇਖੋ ਚਾਰ ਨੂੰ ਹੀ ਪਤਾ ਚੱਲੂਗਾ ਕਿ ਪਿੰਡਾਂ 'ਚ ਵੋਟ ਕਿੰਨੀ ਪੈਂਦੀ ਆ ਬੀਜੇਪੀ ਨੂੰ। ਕੇਂਦਰ ਦੀ ਸਰਕਾਰ ਸਥਿਰ ਸਥਾਈ ਸਰਕਾਰ ਲਈ ਲੋਕਾਂ ਨੇ ਵੋਟ ਕਰਨੀ ਆ, ਔਰ ਅਕਾਲੀ ਦਲ ਦਾ ਚਿਹਰਾ ਲੋਕ ਦੇਖ ਚੁੱਕੇ। ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਨਾਂ 'ਤੇ, ਪੰਥ ਦੇ ਨਾਂ 'ਤੇ ਪਰਿਵਾਰਵਾਦ ਦੀ ਹੀ ਪੁਸ਼ਤ ਪਨਾਈ ਕੀਤੀ ਹੈ, ਮਾਫੀਆ ਦੀ ਹੀ ਪੁਸ਼ਤ ਪਨਾਈ ਕੀਤੀ ਹੈ। ਹੁਣ ਦੱਸੋ ਪੰਜਾਬ 'ਚ ਜਿਹੜਾ ਮਾਫੀਆ ਕਲਚਰ ਖੜਾ ਹੋਇਆ, ਜਿਹਨੂੰ ਬਾਅਦ 'ਚੋਂ ਕਾਂਗਰਸ ਨੇ ਔਰ ਝਾੜੂ ਵਾਲੇ ਵਧਾਰੇ, ਕਿੰਨੇ ਪੈਦਾ ਕੀਤਾ ਪੰਜਾਬ 'ਚ? ਇਹਨਾਂ ਨੇ ਪੈਦਾ ਕੀਤਾ। ਅਸੀਂ ਤਾਂ ਚਾਹੇ ਭਾਈਵਾਲ ਸੀਗੇ, ਅਸੀਂ ਉਦੋਂ ਵੀ ਕਹਿੰਦੇ ਸੀਗੇ, ਅਸੀਂ ਖੁੱਲ੍ਹ ਕੇ ਗੱਲ ਕਰਦੇ ਸੀ ਆਪਣੀ ਪਾਰਟੀ ਹਾਈਕਮਾਨ ਨੂੰ ਵੀ, ਕਹਿੰਦੇ ਸੀ ਕਿ ਜੋ ਕੁਛ ਪੰਜਾਬ 'ਚ ਕਰ ਰਹੇ ਆ ਇਹਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਸੋ ਇਸ ਕਰਕੇ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਕੋਈ ਤਵੱਜੋ ਨਹੀਂ ਦਿੰਦਾ। ਸਭ ਨੂੰ ਪਤਾ ਕਿ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਹੀ ਇਹਨਾਂ ਨੂੰ ਪੰਥ ਯਾਦ ਆਉਂਦਾ ਹੈ, ਉਦੋਂ ਹੀ ਇਹਨਾਂ ਨੂੰ ਪੰਜਾਬ ਯਾਦ ਆਉਂਦਾ ਹੈ। ਜਦੋਂ ਸੱਤਾ 'ਚ ਆ ਜਾਂਦੇ ਆ ਉਦੋਂ ਫਿਰ ਇਹਨਾਂ ਨੂੰ ਯਾਦ ਆਉਂਦਾ ਵੀ ਰੇਤਾ ਕਿਵੇਂ ਲੁੱਟਣੀ ਹੈ, ਟਰਾਂਸਪੋਰਟ 'ਚੋਂ ਪੈਸਾ ਕਿਵੇਂ ਕਮਾਉਣਾ, ਕੇਬਲ ਦਾ ਮਾਫੀਆ ਕਿਵੇਂ ਖੜਾ ਕਰਨਾ ਹੈ, ਉਦੋਂ ਇਹ ਸਾਰਾ ਧਿਆਨ ਇਹਨਾਂ ਦਾ ਇੱਧਰ ਹੁੰਦਾ ਹੈ। ਇਸ ਕਰਕੇ ਇਸ ਲੋਟੂ ਟੋਲੇ ਵੱਲ ਪੰਜਾਬ ਦੇ ਲੋਕਾਂ ਦਾ ਕੋਈ ਧਿਆਨ ਨਹੀਂ ਜਾਣਾ ਇਸ ਵਾਰ। ਤੁਸੀਂ ਗੱਲ ਕੀਤੀ ਹੈ ਕਿ ਮਾਫੀਆ ਦੀ ਗੱਲ ਕੀਤੀ ਹੈਗੀ ਹੈ, ਤੁਸੀਂ ਇੱਕ ਸਲੋਗਨ ਦਿੱਤਾ ਹੈਗਾ ਕਿ ਅਗਰ ਮਤਲਬ ਕਿ ਬੀਜੇਪੀ ਨੂੰ ਸਮਰਥਨ ਮਿਲਦਾ ਹੈਗਾ ਤਾਂ ਆਨੰਦਪੁਰ ਸਾਹਿਬ ਜਿਹੜਾ ਹਲਕਾ ਪੂਰਾ ਹੈਗਾ ਆ ਉਹਨੂੰ ਮੈਂ ਮਾਈਨਿੰਗ ਫਰੀ, ਜਿਹੜੀ ਮਾਈਨਿੰਗ ਮਾਫੀਆ ਫਰੀ ਕਰਾਂਗਾ, ਉਹਦਾ ਕੀ ਮਕਸਦ ਸੀਗਾ ਤੁਹਾਡਾ? ਕੀ ਮਾਈਨਿੰਗ ਹਲੇ ਵੀ ਖਤਮ ਨਹੀਂ ਹੋਈ? ਮਾਈਨਿੰਗ ਤਾਂ ਵੱਧ ਗਈ ਜੀ। ਮੈਂ ਜਦੋਂ ਇਸ ਹਲਕੇ ਜਾਂਦਾ ਮਨੋਜ ਭਾਈ, ਤੁਸੀਂ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਨੂੰ ਚੱਲੋ, ਟਿੱਪਰਾਂ ਦੇ ਟਿੱਪਰ ਚੱਲ ਰਹੇ ਆ। ਤੁਸੀਂ ਨੰਗਲ ਤੋਂ ਕਿਸੇ ਵੀ ਰੋਡ 'ਤੇ ਪੈ ਜਾਓ, ਜਿੰਨੀ ਮਾਈਨਿੰਗ ਪਿਛਲੇ 1-1.5 ਸਾਲ 'ਚ ਹੋ ਰਹੀ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਈ। ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ ਅਤੇ ਵਿਧਾਨ ਸਭਾ ਹਲਕੇ 'ਚ ਪੁੱਲ ਹੀ ਡਿੱਗ ਗਿਆ ਮਾਈਨਿੰਗ ਕਰਕੇ, ਜ਼ਮੀਨ ਖੋਦੀ ਜਾ ਰਹੇ ਆ, ਪਹਾੜਾਂ ਦੇ ਪਹਾੜ ਖੋਦੀ ਜਾ ਰਹੇ ਆ। ਮੈਂ ਤਾਂ ਹੈਰਾਨ ਹਾਂ ਕਿ ਖਾਲਸੇ ਦੀ ਧਰਤੀ ਹੈ, ਅਸੀਂ ਗੁਰਬਾਣੀ 'ਚ ਕਹਿੰਦੇ ਹਾਂ ਮਾਤਾ ਧਰਤ ਮਹੱਤ, ਵੇਦਾਂ 'ਚ ਅਸੀਂ ਪ੍ਰਿਥਵੀ ਦੀ ਪੂਜਾ ਕਰਦੇ ਹਾਂ, ਸਵੇਰੇ ਜਦੋਂ ਉੱਠ ਕੇ ਪੈਰ ਵੀ ਰੱਖਦੇ ਹਾਂ ਅਤੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਕਿ ਹੇ ਵਿਸ਼ਨੂੰ ਪਤਨੀ ਤੇਰੇ 'ਤੇ ਪੈਰ ਰੱਖਣ ਲੱਗੇ ਹਾਂ, ਸਾਨੂੰ ਮਾਫ਼ ਕਰੀ। ਅਤੇ ਐਸੇ ਧਰਮਾਂ ਨੂੰ ਮੰਨਣ ਵਾਲੇ ਲੋਕ, ਚਾਹੇ ਉਹ ਹਿੰਦੂ ਭਾਈਚਾਰਾ ਚਾਹੇ ਸਿੱਖ ਭਾਈਚਾਰਾ, ਜਿਹੜੇ ਧਰਤੀ ਨੂੰ ਮਾਂ ਮੰਨਦੇ ਆ, ਉੱਥੇ ਅਸੀਂ ਰੋਜ਼ ਖੋਦੀ ਜਾ ਰਹੇ ਹਾਂ, ਉਹ ਰੋਜ਼ ਇਲੀਗਲ ਮਾਈਨਿੰਗ ਕਰੀ ਜਾ ਰਹੇ ਹਾਂ, ਅਸੀਂ ਵਿਨਾਸ਼ ਨੂੰ ਵਧਾਵਾ ਦੇ ਰਹੇ ਹਾਂ। ਹੜ ਆਏ ਪਿਛਲੇ ਦਿਨਾਂ 'ਚ, ਮੈਂ ਉਦੋਂ ਵੀ ਗੱਲ ਕਹੀ ਸੀ, ਇਹ ਨੈਚੁਰਲ ਡਿਜਾਸਟਰ ਨਹੀਂ ਹੈ, ਇਹ ਕੁਦਰਤ ਦੀ ਕਰੋਪੀ ਨਹੀਂ ਹੈ, ਇਹ ਮਨੁੱਖ ਦੀ ਪੈਦਾ ਕੀਤੀ ਕਰੋਪੀ ਹੈ। ਤੁਸੀਂ ਜਿਹੜੀ ਮਾਈਨਿੰਗ ਕਰ ਕਰਕੇ ਖੋਦੀ ਜਾਂਦੇ ਹੋ ਨਾ, ਇਹ ਤੁਹਾਡਾ ਰਹਿਣਾ ਔਖਾ ਹੋ ਜਾਣਾ। ਪਰ ਖੋਦ ਕੌਣ ਰਿਹਾ? ਮਾਫੀਆ 'ਤੇ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ? ਪਰਚੀ ਸਿਸਟਮ ਕਿਉਂ ਚੱਲ ਰਿਹਾ? ਕਿਉਂਕਿ ਪੋਲੀਟੀਕਲ ਪਾਰਟੀਆਂ ਦੀ ਸ਼ੈ ਹੈ, ਕਿਸੇ ਵੀ ਪਾਰਟੀ ਦਾ MLA ਬਣ ਜਾਂਦਾ ਸਭ ਤੋਂ ਪਹਿਲਾਂ ਮਾਫੀਆ ਨਾਲ ਹੱਥ ਮਿਲਾ ਲੈਂਦਾ। ਇਸ ਕਰਕੇ ਮੇਰੇ ਮਨ 'ਚ ਬੜਾ ਕਸ਼ਟ ਹੈ, ਔਰ ਇਸ ਮਾਈਨਿੰਗ ਨੂੰ ਮੈਂ ਬੜਾ ਮੇਰੇ ਦਿਲ ਦੇ ਕਰੀਬ ਇਮੋਸ਼ਨਲ ਇਸ਼ੂ ਹੈ, ਮੇਰੇ ਲਈ ਕੋਈ ਪੋਲੀਟੀਕਲ ਇਸ਼ੂ ਨਹੀਂ ਹੈ। ਮੈਂ ਧਰਤੀ ਨੂੰ ਸੱਚਮੁੱਚ ਮਾਂ ਮੰਨਦਾ, ਪ੍ਰਕਿਰਤੀ ਨੂੰ ਮਾਂ ਮੰਨਦਾ, ਮੈਂ ਮੇਰੇ ਧਰਮ ਨੇ ਮੈਨੂੰ ਇਹ ਸਿਖਾਇਆ ਹੈ। ਇਸ ਕਰਕੇ ਮਾਈਨਿੰਗ ਮਾਫੀਆ ਨੂੰ ਤਾਂ ਹਰ ਹਾਲ 'ਚ ਨਕੇਲ ਪਾਵਾਂਗੇ, ਔਰ ਜਿਹੜੇ ਗੱਲ ਸਮਝਦੇ ਵੀ ਸਾਡੀ ਤਾਂ ਸਰਕਾਰ ਆ, ਸਾਨੂੰ ਕੋਈ ਕੀ ਕਰ ਲੂਗਾ,
ਪਾਰਲੀਮੈਂਟ 'ਚ ਜਾ ਕੇ ਵੀ ਬੋਲਾਂਗੇ, ਚਾਹੇ ਉਹਦੇ ਲਈ CBI ਦੀ ਇਨਕੁਆਇਰੀ ਕਰਾਉਣੀ ਪਵੇ, ਚਾਹੇ ਉਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਕੋਈ ਗੱਲ ਕਰਨੀ ਪਵੇ, ਚਾਹੇ ਕੇਂਦਰੀ ਏਜੰਸੀਆਂ ਨੂੰ ਇਨਵੋਲਵ ਕਰਨਾ ਪਵੇ, ਚਾਹੇ ਮਾਨਯੋਗ ਹਾਈਕੋਰਟ ਜਾਣਾ ਪਵੇ, ਚਾਹੇ ਮੁੱਖ ਮੰਤਰੀ ਦੇ ਘਰ ਦਾ ਘਿਰਾਵ ਕਰਨਾ ਪਵੇ, ਚਾਹੇ ਉਹਦੇ ਘਰ ਨੂੰ ਜਾਮ ਕਰਨਾ ਪਵੇ, ਇਸ ਖਿੱਤੇ 'ਚੋਂ ਮਾਈਨਿੰਗ ਖਤਮ ਕਰਨੀ ਹੈ। ਪਰ ਜਦੋਂ ਇਲੈਕਸ਼ਨ ਆਉਂਦਾ ਤਾਂ ਉਸ ਟਾਈਮ ਗੱਲ ਹੁੰਦੀ, ਹਰ ਪਾਰਟੀ ਗੱਲ ਕਰਦੀ ਮਾਈਨਿੰਗ ਖਤਮ ਕਰਾਂਗੇ, ਪਰ ਜਦੋਂ ਸੱਤਾ 'ਚ ਆ ਜਾਂਦੇ ਭੁੱਲ ਜਾਂਦੇ ਆ ਮਾਈਨਿੰਗ ਖਤਮ ਕਰਨੀ, ਉਹ ਸੁਮਕਾ ਗੱਲ ਵੀ ਨਹੀਂ ਸੁਣਦੇ ਲੋਕਾਂ ਦੀ, ਕਹਿੰਦੇ ਵੀ ਮਾਈਨਿੰਗ ਦਾ ਪਤਾ। ਸਾਡੀ ਪਾਰਟੀ ਦੀ ਖਾਸੀਅਤ ਇਹ ਹੈ, ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਜੋ ਅਸੀਂ ਮੈਨੀਫੈਸਟੋ ਦਿੰਦੇ ਹਾਂ, ਜੋ ਅਸੀਂ ਗਰੰਟੀ ਦਿੰਦੇ ਹਾਂ। ਸਾਡੇ ਤੋਂ ਤਕਲੀਫ ਕੀ ਹੈ, ਸਾਡੇ ਇੱਕ ਬੜਾ ਰੌਲਾ ਪਾ ਰਿਹਾ, ਦੇਖੋ ਜੀ 370 ਹਟਾਤੀ, ਭਾਈ ਅਸੀਂ ਮੈਨੀਫੈਸਟੋ 'ਚ ਕਿਹਾ ਸੀ 370 ਹਟਾਵਾਂਗੇ, ਅਸੀਂ 50 ਸਾਲ ਤੋਂ ਕਮਿਟਮੈਂਟ ਸੀ ਸਾਡੀ, ਰਾਮ ਮੰਦਿਰ ਬਣਾਉਣਾ ਸੀ, ਕਹਿੰਦੇ ਸੀ ਸੁਗੰਧ ਰਾਮ ਕੀ ਖਾਤੇ ਹੈ, ਮੰਦਿਰ ਵਹੀਂ ਬਣਾਏਗੇ, ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਔਰ ਜੇ ਸੁਭਾਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਜਕਰਤਾ ਇਹ ਗੱਲ ਕਹਿ ਰਿਹਾ ਕਿ ਮਾਈਨਿੰਗ ਖਤਮ ਕਰਾਂਗੇ ਅਤੇ ਕਰਾਂਗੇ। ਅਤੇ ਦੂਜੀ ਮੇਰਾ ਸਵਾਲ ਇਹ ਹੈਗਾ ਕਿ ਤੁਸੀਂ ਕਹਿੰਦੇ ਹੋ ਕਿ ਰਾਮ ਮੰਦਿਰ ਦੀ ਗੱਲ ਕਰ ਰਹੇ ਹੋ, ਵੀ ਰਾਮ ਮੰਦਿਰ ਨੂੰ ਲੈ ਕੇ ਕੀ ਲੱਗਦਾ ਕਿ ਰਾਮ ਮੰਦਿਰ ਦਾ ਕੋਈ ਅਸਰ ਹੈ ਪੰਜਾਬ ਦੇ ਵਿੱਚ, ਜਦਕਿ ਤੁਸੀਂ ਪੰਜਾਬ 'ਚ ਵੀ ਘੁੰਮੇ ਹੋ, ਪੰਜਾਬ ਦੇ ਲੀਡਰ ਵੀ ਹੈਗੇ ਹੋ, ਔਰ ਹੁਣ ਤੁਸੀਂ ਆਪਣੀ ਲੋਕ ਸਭਾ ਖੇਤਰ ਵੀ ਜਾ ਰਹੇ ਹੋ, ਕਿ ਰਾਮ ਮੰਦਿਰ ਦਾ ਕੋਈ ਅਸਰ ਤੁਹਾਨੂੰ ਦਿਖਾਈ ਦਿੰਦਾ? ਦੇਖੋ, BJP ਲਈ ਰਾਮ ਮੰਦਿਰ ਕੋਈ ਪੋਲੀਟੀਕਲ ਮੁੱਦਾ ਨਹੀਂ ਹੈ, ਕਦੇ ਵੀ ਨਹੀਂ ਰਿਹਾ। ਅਸੀਂ ਰਾਮ ਮੰਦਿਰ ਨੂੰ ਕਦੀ ਵੋਟ ਨਾਲ ਨਹੀਂ ਜੋੜਿਆ, ਸਾਡੇ ਲਈ ਆਸਥਾ ਦਾ ਸਵਾਲ ਹੈ। ਜਦੋਂ ਅਸੀਂ ਇਹ ਸਵਾਲ ਚੁੱਕਿਆ ਸੀ ਉਦੋਂ ਅਸੀਂ ਗੱਲ ਕਹੀ ਸੀ ਕਿ ਰਾਮ ਜਿਹੜੇ ਆ ਉਹ ਹਿੰਦੁਸਤਾਨ ਦੇ ਹੀਰੋ ਹੈ, ਨਾਇਕ ਹੈ, ਔਰ ਇੱਕ ਵਿਦੇਸ਼ੀ ਹਮਲਾਵਰ ਆਉਂਦਾ, ਉਹਨਾਂ ਦਾ ਮੰਦਿਰ ਤੋੜ ਕੇ ਉੱਥੇ ਆਪਣਾ ਢਾਂਚਾ ਖੜ੍ਹਾ ਕਰਦਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਲਈ। ਅੱਜ ਆਜ਼ਾਦ ਹੋ ਗਿਆ ਦੇਸ਼, ਸਾਡੇ ਨਾਇਕ ਨੂੰ, ਸਾਡੇ ਪਰਮਾਤਮਾ ਨੂੰ, ਸਾਡੇ ਈਸ਼ਵਰ ਨੂੰ ਆਪਣੇ ਜਨਮ ਸਥਾਨ ਦੇ ਉੱਤੇ ਭਵਯ ਮੰਦਿਰ 'ਚ ਪ੍ਰਤਿਸ਼ਠਿਤ ਹੋਣਾ ਚਾਹੀਦਾ। ਉਹਦੀ ਅਸੀਂ ਲੜਾਈ ਲੜੀ ਹੈ, ਔਰ ਉਸ ਲੜਾਈ ਲੜਨ ਦੇ ਕਰਕੇ, ਜਨਤਾ ਦੇ ਆਸ਼ੀਰਵਾਦ ਦੇ ਕਰਕੇ, ਅਸੀਂ ਆਪਣੇ ਸੰਕਲਪ ਨੂੰ ਪੂਰਾ ਕੀਤਾ, ਅੱਜ ਭਵਯ ਮੰਦਿਰ ਦਾ ਨਿਰਮਾਣ ਹੋ ਗਿਆ। ਲੋਕਾਂ 'ਚ ਇਸ ਗੱਲ ਦਾ ਅਸਰ ਹੈ, ਪੂਰੇ ਹਿੰਦੁਸਤਾਨ 'ਚ ਔਰ ਪੰਜਾਬ 'ਚ ਵੀ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂ, ਮੈਨੂੰ ਹਰ ਵਾਰੀ ਪੁੱਛਦੇ ਜੀ ਪੰਜਾਬ 'ਚ ਹਿੰਦੂ ਭਾਈਚਾਰੇ 'ਚ ਬੜਾ, ਮੈਂ ਕਹਿੰਦਾ ਕਿਉਂ, ਪੰਜਾਬ ਦੇ ਸਿੱਖ ਭਾਈਚਾਰੇ 'ਚ ਵੀ ਉਨੀ ਖੁਸ਼ੀ ਦੀ ਲਹਿਰ ਹੈ। ਰਾਮ ਮੰਦਿਰ ਦੀ ਲੜਾਈ ਜਿਹੜੀ ਆਧੁਨਿਕ ਕਾਲ 'ਚ ਸ਼ੁਰੂ ਹੋਈ, ਉਹ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਨਿਹੰਗ ਸਿੰਘ ਵੀਰਾਂ ਨੇ ਸ਼ੁਰੂ ਕੀਤੀ ਹੈ। ਉਹ ਗਏ ਸੀ ਉੱਥੇ, ਉਹਨਾਂ ਦੇ ਖਿਲਾਫ਼ ਪਰਚਾ ਹੋਇਆ ਸੀ ਅੰਗਰੇਜ਼ੀ ਹਕੂਮਤ 'ਚ, ਔਰ ਉਹ ਸੁਪਰੀਮ ਕੋਰਟ ਜਿਹੜੀ ਪਕਸ਼ ਰੱਖਿਆ ਜਦੋਂ ਰਾਮ ਮੰਦਿਰ ਦਾ, ਉਹਦੇ 'ਚ ਪਰਚਾ ਵੀ ਹੈਗਾ। ਇਸ ਕਰਕੇ ਪੰਜਾਬ ਦੇ ਚਾਹੇ ਹਿੰਦੂ ਹੋਣ, ਚਾਹੇ ਪੰਜਾਬ ਦੇ ਸਿੱਖ ਹੋਣ, ਉਹ ਸਾਰੇ ਰਾਮ ਜੀ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਪਿਆਰ ਕਰਦੇ ਆ, ਮੈਨੂੰ ਦੱਸੋ ਕੌਣ ਨਹੀਂ ਕਰਦਾ। ਇਸ ਕਰਕੇ ਜੇ ਰਾਮ ਜੀ ਦਾ ਮੰਦਿਰ ਬਣਿਆ ਤਾਂ ਸਾਰੇ ਪੰਜਾਬ 'ਚ ਖੁਸ਼ੀ ਦੀ ਲਹਿਰ ਹੋਈ ਹੈ। ਜਿਸ ਖਿੱਤੇ 'ਚ ਮੈਂ ਰਹਿੰਦਾ ਉੱਥੇ ਅੱਧੇ ਦੇ ਲਗਭਗ ਸਿੱਖ ਭਾਈਚਾਰੇ ਦੇ ਲੋਕ ਨੇ, ਸਾਰੇ ਬੜੇ ਖੁਸ਼ ਸੀ, ਸਾਰਿਆਂ ਨੇ ਦੀਪਕ ਜਲਾਏ ਆ, ਹਿੰਦੂ ਭਰਾਵਾਂ ਨੇ ਵੀ ਜਲਾਏ ਆ, ਸਿੱਖ ਭਰਾਵਾਂ ਨੇ ਵੀ ਜਲਾਏ ਆ। ਲੋਕਾਂ 'ਚ ਇਸ ਗੱਲ ਦਾ ਅਸਰ ਜ਼ਰੂਰ ਹੈ, ਔਰ ਮੈਂ ਜਿੱਥੇ ਜਾਂਦਾ ਹੈ, ਮੈਂ ਕੁਛ ਨਹੀਂ ਕਹਿੰਦਾ, ਨੀਚੋ ਹੀ ਲਾਰਾ ਲੱਗਦਾ, ਜੋ ਰਾਮ ਕੋਲ ਆਏ ਹੈ ਹਮ ਉਨਕੋ ਲਾਏਂਗੇ। ਸੋ ਅਗਰ ਰਾਮ ਜੀ ਦਾ ਕਾਜ ਕਿਸੇ ਨੇ ਕੀਤਾ ਹੈ ਤਾਂ ਰਾਮ ਜੀ ਦੀ ਕਿਰਪਾ ਹੋਣੀ ਹੈ ਜੀ। ਮੁੱਖ ਤੁਸੀਂ ਤਾਂ ਕਹਿ ਰਹੇ ਕਿ ਹਿੰਦੂ ਸਿੱਖ ਇਕੱਠੇ ਨੇ, ਪਰ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਪੰਜਾਬ ਦੀ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ, ਇੱਥੇ ਹਰ ਚੀਜ਼ ਉੱਗਦੀ ਹੈ, ਪਰ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ, BJP ਜਿਹੜੀ ਇਹ ਨਫ਼ਰਤ ਫੈਲਾਉਂਦੀ ਹੈ। ਨਹੀਂ ਤਾਂ ਭਗਵੰਤ ਮਾਨ ਜੀ ਨੂੰ ਕੀ ਲੱਗਦਾ ਕਿ ਰਾਮਚੰਦਰ ਦੀ ਜੈ ਕਹਿਣਾ, ਭਗਵਾਨ ਰਾਮ ਦੀ ਜੈ ਕਹਿਣਾ, ਭਗਵਾਨ ਰਾਮ ਦੇ ਮੰਦਿਰ ਦਾ ਉਤਸਵ ਮਨਾਉਣਾ, ਇਹ ਨਫ਼ਰਤ ਫੈਲਾਉਣ ਵਾਲੀ ਚੀਜ਼ ਹੈ? ਭਗਵਾਨ ਰਾਮ ਤਾਂ ਪਿਆਰ ਅਤੇ ਪ੍ਰੇਮ ਦੇ ਪ੍ਰਤੀਕ ਨੇ। ਭਗਵੰਤ ਮਾਨ ਸਾਹਿਬ ਨੂੰ ਪਤਾ ਨਹੀਂ ਉਹਨਾਂ ਨੇ ਭਗਵਾਨ ਰਾਮ ਦਾ ਜੀਵਨ ਪੜ੍ਹਿਆ ਕਿ ਨਹੀਂ ਪੜ੍ਹਿਆ। ਭਗਵਾਨ ਰਾਮ ਤਾਂ ਭਿਲਣੀ ਦੇ ਜੂਠੇ ਬੇਰ ਖਾਣ ਵਾਲੇ, ਭਗਵਾਨ ਰਾਮ ਤਾਂ ਇੱਕ ਮੱਲਾਹ ਨਾਲ ਵੀ ਦੋਸਤੀ ਕਰਨ ਵਾਲੇ, ਨਿਸ਼ਾਦ ਰਾਜ ਨਾਲ ਦੋਸਤੀ ਕਰਨ ਵਾਲੇ, ਵਨਾ ਬਨਵਾਸੀਆਂ ਨਾਲ ਦੋਸਤੀ ਕਰਕੇ ਆਪਣੀ ਸੈਨਾ ਖੜ੍ਹੇ ਕਰਨ ਵਾਲੇ, ਸੁਗਰੀਵ ਨੂੰ ਗਲੇ ਲਗਾਉਣ ਵਾਲੇ, ਹਨੂੰਮਾਨ ਨੂੰ ਗਲੇ ਲਗਾਉਣ ਵਾਲੇ, ਭਗਵਾਨ ਰਾਮ ਤਾਂ ਮਰਿਆਦਾ ਦੇ ਪ੍ਰਤੀਕ ਨੇ, ਪ੍ਰੇਮ ਦੇ ਪ੍ਰਤੀਕ ਨੇ। ਨਫ਼ਰਤ ਇਹਨਾਂ ਦੇ ਦਿਲਾਂ 'ਚ ਹੈ, ਇਹਨਾਂ ਦੇ ਦਿਲਾਂ 'ਚ ਨਫ਼ਰਤ ਹੈ ਸਨਾਤਨ ਧਰਮ ਦੇ ਪ੍ਰਤੀ, ਜਿਹੜੀ ਵਾਰ ਵਾਰ ਕਿਸੇ ਨਾ ਕਿਸੇ ਬਹਾਨੇ ਪ੍ਰਗਟ ਹੁੰਦੀ ਹੈ। ਇਸ ਕਰਕੇ ਪੰਜਾਬ ਦੇ ਲੋਕ ਜਵਾਬ ਦੇਣਗੇ। ਹੁਣ ਮੈਨੂੰ ਦੱਸੋ, ਪੂਰਾ ਦੇਸ਼ ਖੁਸ਼ ਸੀ ਮਨੋਜ ਜੀ, ਪੂਰੀ ਦੁਨੀਆ 'ਚ ਵਸਣ ਵਾਲੇ ਲੋਕ ਖੁਸ਼ ਸੀ,
ਭਗਵੰਤ ਮਾਨ ਜੀ ਇੱਕ ਟਵੀਟ ਨਹੀਂ ਕਰ ਸਕੇ ਕਿ ਰਾਮ ਭਗਵਾਨ ਦਾ ਇੰਨਾ ਬੜਾ ਕਾਜ ਹੋ ਗਿਆ, ਇੱਕ ਟਵੀਟ ਹੀ ਕਰਕੇ ਵਧਾਈ ਨਹੀਂ ਦੇ ਸਕੇ, ਇਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਨਫ਼ਰਤ ਭਰੀ ਪਈ ਹੈ ਨਾ, ਇਹ ਉਹਦਾ ਸ਼ਿਕਾਰ ਨੇ। ਨਹੀਂ, ਇਹਦੇ 'ਚ ਕੋਈ ਵੰਡਣ ਦੀ ਰਾਜਨੀਤੀ ਨਹੀਂ ਹੈ। ਮੈਨੂੰ ਦੱਸੋ, ਹਿੰਦੁਸਤਾਨ ਦੇ ਮੁਸਲਮਾਨਾਂ ਦਾ ਬਾਬਰ ਨਾਲ ਕੀ ਰਿਸ਼ਤਾ? ਕੋਈ ਰਿਸ਼ਤਾ ਨਹੀਂ ਹੈ। ਹਿੰਦੁਸਤਾਨ ਦੇ ਮੁਸਲਿਮ ਤਾਂ ਸਾਡੇ ਹੀ ਭਰਾ ਨੇ, ਉਹਨਾਂ ਦੇ ਪੂਰਵਜ ਤਾਂ ਸਾਰੇ ਹਿੰਦੂ ਸੀ। ਉਹ ਕੋਈ ਤੁਰਕਿਸਤਾਨ ਤੋਂ, ਕੋਈ ਅਫਗਾਨਿਸਤਾਨ ਤੋਂ ਥੋੜ੍ਹਾ ਆਏ ਨੇ, ਕੋਈ ਇਰਾਨ ਇਰਾਕ ਤੋਂ ਆ ਕੇ ਥੋੜ੍ਹਾ ਇੱਥੇ ਵਸੇ ਨੇ, ਹਿੰਦੂ ਹੀ ਸੀ। ਠੀਕ ਹੈ, ਮੁਗਲ ਸਲਤਨਤ ਸੀ, 600-700 ਸਾਲ ਉਹਨਾਂ ਦਾ ਵੱਡਾ ਪ੍ਰਭਾਵ ਰਿਹਾ, ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਧਰਮ ਪਰਿਵਰਤਨ ਕਰ ਲਿਆ, ਕੋਈ ਅਰਜ਼ ਨਹੀਂ। ਉਹ ਆਪਣੇ ਧਰਮ 'ਚ ਖੁਸ਼ ਹੈ, ਸਾਡਾ ਵੀ ਸਤਿਕਾਰ ਹੈ, ਲੇਕਿਨ ਉਹਨਾਂ ਦੇ ਵੀ ਪੂਰਵਜ ਰਾਮ ਹੀ ਨੇ। ਹਿੰਦੁਸਤਾਨ ਦੇ ਮੁਸਲਮਾਨਾਂ ਦੇ ਪੂਰਵਜ ਬਾਬਰ ਨਹੀਂ ਹੈ, ਰਾਮ ਹੀ ਹੈ। ਔਰ ਹਿੰਦੁਸਤਾਨ ਦਾ ਮੁਸਲਿਮ ਸਮੁਦਾਇ ਵੱਡੀ ਗਿਣਤੀ 'ਚ ਇਹ ਗੱਲ ਸਮਝ ਰਿਹਾ। ਮੈਨੂੰ ਦੱਸੋ, ਭਗਵਾਨ ਰਾਮ ਦਾ ਮੰਦਿਰ ਬਣਿਆ, ਕਾਂਗਰਸ, ਆਮ ਆਦਮੀ ਪਾਰਟੀ ਪਿਛਲੇ ਕਈ ਦਹਾਕਿਆਂ ਤੋਂ ਰੌਲਾ ਪਾ ਰਹੀ ਸੀ, ਦੇਸ਼ 'ਚ ਪਤਾ ਨਹੀਂ ਅੱਗ ਲੱਗ ਜਾਏ ਜੀ। ਮੈਨੂੰ ਦੱਸੋ ਕੀ ਹੋਇਆ, ਦੇਸ਼ ਦੇ ਮੁਸਲਿਮ ਸਮਾਜ ਨੇ ਕੋਈ ਵਿਰੋਧ ਕੀਤਾ? ਆਮ ਮੁਸਲਿਮ ਨੂੰ ਲੱਗਦਾ ਕਿ ਯਾਰ ਰਾਮ ਵੀ ਤਾਂ ਸਾਡੇ ਹੀ ਹੈ, ਰਾਮ ਵੀ ਤਾਂ ਹਿੰਦੁਸਤਾਨ ਦੇ ਹੀ ਹੈ। ਇਸ ਕਰਕੇ ਇਹ ਜਾਣ ਬੁੱਝ ਕੇ ਭੇਦ ਪਾਉਂਦੇ ਨੇ, ਇਹ ਜਾਣ ਬੁੱਝ ਕੇ ਲੜਾਈਆਂ ਖੜੀਆਂ ਕਰਦੇ ਨੇ, ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਭੜਕਾਉਂਦੇ ਨੇ, ਇਹ ਹਊਆ ਖੜਾ ਕਰਦੇ ਨੇ। ਆਮ ਮੁਸਲਿਮ ਨੂੰ ਕੋਈ ਦਿੱਕਤ ਨਹੀਂ ਹੈ ਰਾਮ ਜੀ ਦੇ ਮੰਦਿਰ ਤੋਂ, ਉਹ ਖੁਸ਼ ਹੈ। ਤੇਰਾ ਜਿਹੜਾ ਕਹਿੰਦੇ ਆ ਮੁੱਖ ਮੰਤਰੀ ਸਾਹਿਬ, ਬਿਲਕੁਲ ਤੇਰਾ ਜੀਰੋ ਹੋਣਾ ਹੈਗਾ, ਸੀਟ ਕੋਈ ਨਹੀਂ। ਬੀਜੇਪੀ ਤੋਂ ਕੋਈ ਥਾਂ ਨਹੀਂ, ਜਿਹੜੀ ਦੋ ਸੀਟਾਂ ਸੀਗੀਆਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ, ਉਹ ਵੀ ਨਹੀਂ ਆਉਣੀਆਂ। ਬਿਲਕੁਲ 13-0 ਹੈ, 13 ਅਤੇ 0। ਦੇਖੋ, ਮੁੱਖ ਮੰਤਰੀ ਸਾਹਿਬ ਨਾ ਭੁਲੇਖੇ 'ਚ ਬੈਠੇ ਆ, ਉਹ ਆਪਣੀ ਦੁਨੀਆ 'ਚ ਰਹਿੰਦੇ ਮਸਤ। ਉਹਨਾਂ ਨੂੰ ਤਾਂ ਆਪਦੀ ਪਾਰਟੀ ਦੇ MLA ਦਾ ਵੀ ਕੋਈ ਸਪੋਰਟ ਨਹੀਂ ਹੈਗਾ। ਤੁਹਾਨੂੰ ਮੈਂ ਸੱਚੀ ਗੱਲ ਦੱਸਦੇ ਹਾਂ, ਜਿੱਦਣ ਕੇਜਰੀਵਾਲ ਨੇ ਸੋਚਿਆ ਵੀ ਇਹਨੂੰ ਹਟਾਉਣਾ ਨਾ, ਇੱਕ ਬੰਦਾ MLA ਨੇ ਦਾ ਹਾਰਾ ਨਾਰਾ ਮੰਨਣ ਵਾਲਾ ਨਹੀਂ ਲੱਭਣਾ ਤੁਹਾਨੂੰ। ਉਹ ਸਪੋਰਟ ਗਵਾ ਚੁੱਕੇ, ਉਹ ਬਾਕੀ ਪੰਜਾਬ ਦੀ ਚਿੰਤਾ ਛੱਡਦੇ ਨੇ, ਉਹ ਸੰਗਰੂਰ ਵੀ ਹਾਰ ਰਹੇ ਜੇ, ਬਠਿੰਡੇ ਵੀ ਹਾਰ ਰਹੇ ਜੇ, ਜਿਹੜੇ ਗੜ੍ਹ ਆ ਉਹਨਾਂ ਦੇ, ਬਠਿੰਡੇ ਸਾਡੀ ਕੈਂਡੀਡੇਟ ਨੂੰ ਧਮਕਾ ਰਹੇ ਸੀ, ਅਸੀਂ ਤੇਰਾ ਅਸਤੀਫਾ ਨਹੀਂ ਮਨਜ਼ੂਰ ਕੀਤਾ, ਤੂੰ ਵਾਪਸ ਜੁਆਇਨ ਕਰ ਲਾ। ਉਹਨੇ ਕੀ ਕਿਹਾ, ਜੋ ਹੁੰਦਾ ਜੇ ਕਰ ਲਓ, ਮੈਂ ਤਾਂ ਇਲੈਕਸ਼ਨ ਲੜਨੀ। ਉਹ ਤਗੜੇ ਹੋ ਕੇ ਇਲੈਕਸ਼ਨ ਲੜ ਰਹੀ ਆ, ਆਮ ਆਦਮੀ ਪਾਰਟੀ ਨੂੰ ਰਾਏਗੀ ਉੱਥੇ। ਤੁਹਾਡੇ ਹਲਕੇ ਦੇ ਵਿੱਚ ਜਿਹੜੀ ਤੁਹਾਨੂੰ ਚੁਣੌਤੀ ਹੈ ਇਸ ਤਰ੍ਹਾਂ ਮੌਜੂਦਾ ਜਿਹੜੀ ਹੈਗੀ ਹੈ, ਉਹ ਕਾਂਗਰਸ ਦੇ MP ਸੀਗੇ ਮਨੀਸ਼ ਤਿਵਾੜੀ ਜੀ, ਉਹਨਾਂ ਦੀ ਥਾਂ 'ਤੇ ਹੁਣ ਜਿਹੜੇ ਵਿਜੇਂਦਰ ਸਿੰਗਲਾ, ਉਹ ਪਹੁੰਚੇ ਨੇ ਕਿ ਕਾਂਗਰਸ ਜਿਹੜੀ ਹੈ ਉਹ ਆਪਣੀ ਮੰਨ ਰਹੀ ਹੈ ਕਿ ਸਾਡੀ ਜਿੱਤੀ ਹੋਈ ਸੀਟ ਹੈਗੀ ਹੈ, ਅਤੇ ਇੱਥੇ ਅਸੀਂ ਚਾਹੇ ਸੰਗਰੂਰ ਤੋਂ ਬੰਦਾ ਲਿਆ ਕੇ ਖੜਾਈਏ, ਅਤੇ ਕਿੱਥੋਂ ਲੈ ਕੇ ਆਈਏ, ਚਾਹੇ ਲੁਧਿਆਣੇ ਤੋਂ ਪਹਿਲਾਂ ਖੜਾਇਆ ਸੀਗਾ ਵੀ ਅਸੀਂ ਇਹ ਸੀਟ ਕੱਢਾਂਗੇ, ਅਤੇ ਅੱਜ ਵੀ ਸੀਟ ਸਾਡੇ ਕੋਲ ਮਜ਼ਬੂਤੀ ਨਾਲ ਸਾਡੇ ਪੱਖ 'ਚ ਖੜੀ ਹੈ। ਕਾਂਗਰਸ ਦੀ ਪ੍ਰੋਬਲਮ ਕੀ ਹੈ, ਪਹਿਲਾਂ ਤਾਂ ਸੀਟ ਦੀ ਗੱਲ ਕਰ ਲਈਏ, ਹੁਣ ਉਹ ਕਿਹੜੇ ਮੂੰਹ ਨਾਲ ਲੋਕਾਂ 'ਚ ਜਾ ਕੇ ਵੋਟ ਮੰਗਣਗੇ? 5 ਸਾਲ ਉਹਨਾਂ ਦੇ MP ਨੇ ਕਦੀ ਸ਼ਕਲ ਦਿਖਾਈ? ਮਨੀਸ਼ ਤਿਵਾੜੀ ਸਾਹਿਬ ਕਦੀ ਸ਼੍ਰੀ ਅਨੰਦਪੁਰ ਸਾਹਿਬ ਆਏ ਜਿੱਤਣ ਤੋਂ ਬਾਅਦ? ਕਦੀ ਕਿਸੇ ਪਿੰਡ 'ਚ ਗਏ? ਕਦੀ ਕਿਸੇ ਲੋਕਾਂ ਨਾਲ ਮੁਲਾਕਾਤ ਕੀਤੀ? ਕਦੀ ਲੋਕਾਂ ਦੇ ਦੁੱਖ ਦਰਦ ਨੂੰ ਸਮਝਿਆ? ਕਰੋਨਾ ਆਇਆ, ਤੁਸੀਂ ਤਾਂ ਜਾਣਦੇ ਹੋ, ਅਸੀਂ ਸਾਰੇ ਲੋਕ ਪੂਰੀ ਹਿੰਮਤ ਨਾਲ, ਜਾਨ ਦੀ ਪਰਵਾਹ ਨਾ ਕਰਕੇ, ਅਸੀਂ ਲੋਕਾਂ ਦੇ ਘਰਾਂ 'ਚ ਖਾਣਾ ਵੰਡ ਰਹੇ ਸੀ, ਦਵਾਈਆਂ ਵੰਡ ਰਹੇ ਸੀ, ਸੇਵਾ ਦੇ ਕੰਮ 'ਚ ਲੱਗੇ ਸੀ। ਮਨੀਸ਼ ਤਿਵਾੜੀ ਸਾਹਿਬ ਕਿੱਥੇ ਸੀ? ਲੋਕ ਪੁੱਛਣਗੇ ਸਿੰਗਲਾ ਸਾਹਿਬ ਨੂੰ, ਤਿਵਾੜੀ ਸਾਹਿਬ ਚਲੇ ਗਏ ਆਪਣਾ ਬੋਰੀਆ ਬਿਸਤਰਾ ਸਮੇਟ ਕੇ, ਲੇਕਿਨ ਉਹਨਾਂ ਨੂੰ ਵੀ ਪੁੱਛਣਗੇ ਨਾ ਕਿ ਭਾਈ 5 ਸਾਲ ਤੁਹਾਡਾ MP ਜਿੱਤਾ ਸੀ, ਤੁਸੀਂ ਕੀ ਕੀਤਾ? ਔਰ ਦੂਜੀ ਗੱਲ, ਦੇਸ਼ 'ਚ ਜੋ ਕਾਂਗਰਸ ਦੀ ਹਾਲਤ ਹੈ, ਕਾਂਗਰਸ ਨੂੰ ਵੋਟ ਪਾਉਣੀ ਕਹਿੰਦੇ ਆ? ਕਾਂਗਰਸ ਦਾ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਆਪਣੀ MP ਸੀਟ ਜਿੱਤਣ ਲਈ ਤਰਲੋ ਮੱਛੀ ਹੈ, ਉਹ ਚਾਲਾ ਕਦੀ ਮੇਠੀ ਤੋਂ ਦੌੜ ਕੇ ਵਾਇਨਾਡ ਜਾਂਦਾ, ਫਿਰ ਉੱਥੇ ਹਾਰ ਦਿਖਦੀ ਹੈ, ਵਾਪਸ ਰਾਏਬਰੇਲੀ ਆਉਂਦਾ, ਉਹ ਤਾਂ ਆਪਦੀ MP ਸੀਟ ਜਿੱਤਣ 'ਤੇ ਸਕਸ਼ਮ ਨਹੀਂ ਹੈਗਾ। ਅਤੇ ਦੇਸ਼ ਦੇ ਲੋਕ ਔਰ ਪੰਜਾਬ ਦੇ ਲੋਕ ਔਰ ਅਨੰਦਪੁਰ ਸਾਹਿਬ ਦੇ ਲੋਕ ਕਾਂਗਰਸ ਨੂੰ ਕਿਉਂ ਚੁਣਨਗੇ? ਉਹਨਾਂ ਨੂੰ ਕਿਉਂ ਵੋਟ ਪਾਉਣਗੇ? ਇਸ ਕਰਕੇ ਬੜੇ ਭੁਲੇਖੇ 'ਚ ਬੈਠੇ, ਉਹਨਾਂ ਨੂੰ ਬਣੇ ਰਹਿੰਦੇ। ਕੀ ਲੱਗਦਾ ਵੀ ਕਾਂਗਰਸ ਇੱਥੇ ਤੁਹਾਨੂੰ ਲੱਗਦਾ ਨਹੀਂ ਮੁਕਾਬਲੇ 'ਚ ਹੈਗੀ ਕਿਤੇ ਨਾ ਕਿਤੇ? ਕਾਂਗਰਸ ਕਹਿੰਦੇ, ਕਾਂਗਰਸ ਜਿਹੜੀ ਕਹਿੰਦੀ ਅਸੀਂ, ਉਹ ਕਹਿੰਦੇ ਮਨੀਸ਼ ਤਿਵਾੜੀ ਇਹ ਵੀ ਕਹਿੰਦੇ ਮੈਂ ਬਹੁਤ ਸਾਰੇ ਕੰਮ ਕੀਤੇ ਨੇ, ਮੈਂ ਬਹੁਤ ਸਾਰੇ ਪਿੰਡਾਂ ਵਿੱਚ ਕੰਮ ਕੀਤੇ ਨੇ, ਮੈਂ ਤਾਂ ਹਰ ਹਲਕੇ 'ਚ ਜਾਂਦਾ ਰਿਹਾ, ਆਪਣੇ ਹਲਕੇ 'ਚ ਘੁੰਮਦਾ ਰਿਹਾ। ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਸੀਗੀ ਮੇਰੇ ਵਾਸਤੇ ਪੂਜਾ, ਫਿਰ ਛੱਡ ਕੇ ਕਿਉਂ ਗਏ?
ਇੱਕ ਜਿੱਤਿਆ ਐਮ ਪੀ ਆਪਣੀ ਸੀਟ ਛੱਡ ਕੇ ਕਿਉਂ ਜਾਏਗਾ? ਸੁਭਾਸ਼ ਸ਼ਰਮਾ ਹੈ, ਮੈਂ ਇੱਥੇ ਹਾਂ, ਮੈਂ ਜੀਆਂ ਮਰਾਂ ਮੈਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿਣਾ, ਇੱਥੇ ਹੀ ਰਹਿ ਰਿਹਾ, ਇੱਥੋਂ ਹੀ ਇਲੈਕਸ਼ਨ ਲੜਾਂ। ਮੈਨੂੰ ਬੜੇ ਲੋਕਾਂ ਨੇ ਕਿਹਾ ਮਨੋਜ ਜੀ, ਜਦੋਂ 2019 'ਚ ਸੀਟ ਬੀਜੇਪੀ ਦੇ ਹਿੱਸੇ ਨਹੀਂ ਆਈ, ਮੈਂ ਤਿਆਰੀ ਕਰ ਰਿਹਾ ਸੀ, ਅਕਾਲੀ ਦਲ ਨੂੰ ਮਿਲੀ, ਮੇਰੇ ਬੜੇ ਦੋਸਤਾਂ ਨੇ ਕਿਹਾ ਕਿ ਯਾਰ ਤੂੰ ਇੰਨੇ ਸਾਲਾਂ ਤੋਂ ਲੱਗਿਆ ਸੀਟ 'ਤੇ ਅਕਾਲੀਆਂ ਕੋਲ, ਅੱਗੇ ਵੀ ਨਹੀਂ ਆਉਣੀ, ਤੂੰ ਤਾਂ ਅੰਮ੍ਰਿਤਸਰ ਪੈਦਾ ਹੋਇਆ ਸੀ, ਤੇਰਾ ਅੰਮ੍ਰਿਤਸਰ 'ਚ ਕਲੇਮ ਹੈ, ਤੂੰ ਇੱਥੇ ਆ ਜਾ, ਇਹ ਤਾਂ ਸੀਟ ਬੀਜੇਪੀ ਦੇ ਖਾਤੇ 'ਚ ਹੈ, ਬੀਜੇਪੀ ਕੋਲ ਹੁਣ ਕੋਈ ਉਸ ਤਰ੍ਹਾਂ ਦਾ ਉਮੀਦਵਾਰ ਵੀ ਹੈ ਨਹੀਂ ਲੋਕਲ, ਤੂੰ ਆ ਇੱਥੋਂ ਤਗੜਾ ਹੋ ਕੇ ਤਿਆਰੀ ਕਰ, 24 ਤੇਰੀ ਪੱਕੀ ਜਿੱਤ ਹੈ। ਮੈਂ ਕਿਹਾ ਨਹੀਂ ਭਾਈ, ਮੈਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਤੇਰੀ ਜਨਮ ਭੂਮੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਕਰਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ, ਮੈਂ ਤਾਂ ਮੈਨੂੰ ਸੀਟ ਮਿਲੇ ਨਾ ਮਿਲੇ, ਬੀਜੇਪੀ ਦੇ ਖਾਤੇ ਸੀਟ ਆਏ ਨਾ ਆਏ, ਮੈਂ ਤਾਂ ਹੁਣ ਜੇ ਚੋਣ ਲੜੂੰਗਾ ਇਸ ਜ਼ਿੰਦਗੀ 'ਚ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੜੂੰਗਾ। ਮੇਰੇ ਵਰਗਾ ਬੰਦਾ ਜਿਹਨੂੰ ਇਹ ਵੀ ਨਹੀਂ ਪਤਾ ਸੀ ਸੀਟ ਮਿਲਣੀ ਹੈ ਕਿ ਨਹੀਂ ਮਿਲਣੀ, ਅਤੇ ਜਿਹੜਾ ਜਿੱਤਿਆ ਐਮ ਪੀ ਹੋਵੇ ਉਹ ਆਪਦੀ ਸੀਟ ਛੱਡ ਕੇ ਛਲਾਂਗ ਮਾਰ ਕੇ ਚੰਡੀਗੜ੍ਹ ਚਲਾ ਗਿਆ, ਕਿਉਂ ਚਲਾ ਗਿਆ? ਕਿਉਂਕਿ ਪਤਾ ਸੀ ਲੋਕਾਂ ਨੂੰ ਫੇਸ ਕਿਵੇਂ ਕਰਨਾ, ਪਾਥੀਆਂ ਪੈਣੀਆਂ ਪਿੰਡ 'ਚ ਗਏ ਦੇ ਜੀ। ਅਤੇ ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਉਮੀਦਵਾਰ ਸਭ ਤੋਂ ਪਹਿਲੇ ਲਿਸਟ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਦਾ ਨਾਂ ਜਿਹੜਾ ਐਲਾਨਿਆ, ਅਤੇ ਉਹ ਤਕਰੀਬਨ 1.5 ਮਹੀਨੇ ਤੋਂ ਕੰਪੇਨ ਕਰ ਰਹੇ ਹੈ। ਤੁਹਾਡੇ ਜਿਹੜਾ ਨਾਮ ਆਇਆ, ਤੁਹਾਨੂੰ ਜਿਹੜੀ ਲਿਸਟ 'ਚ ਤੁਹਾਡਾ ਨਾਮ ਆਇਆ ਬੀਜੇਪੀ, ਉਹ ਲਾਸਟ ਲਿਸਟ 'ਚ ਤੁਹਾਡਾ ਨਾਮ ਆਇਆ ਹੈਗਾ, ਕੀ ਲੱਗਦਾ ਕਿ ਵੱਖਵਾ ਪੈ ਗਿਆ, ਉਹ ਅੱਗੇ ਨਿਕਲ ਗਏ ਨੇ ਕੰਪੇਨ 'ਚ, ਤੁਸੀਂ ਪਿਛੜੇ ਹੋ? ਦੇਖੋ, ਸਾਰੇ ਉਮੀਦਵਾਰ ਜਿਹੜੇ ਕੰਪੇਨ ਕਰ ਰਹੇ ਆ, ਮਹੀਨਾ, 2 ਮਹੀਨੇ, 4 ਮਹੀਨੇ ਤੋਂ ਕਰ ਰਹੇ ਹੋਣਗੇ। ਸੁਭਾਸ਼ ਸ਼ਰਮਾ ਤਾਂ ਪਿਛਲੇ 8 ਸਾਲ ਤੋਂ ਕੰਪੇਨ ਕਰ ਰਿਹਾ, ਔਰ ਤੁਸੀਂ ਤਾਂ ਉਹਦੇ ਸਾਕਸ਼ੀ ਹੋ। ਇਸ ਕਰਕੇ ਇਸ ਹਲਕੇ ਦੇ ਪਿੰਡ ਪਿੰਡ 'ਚ ਮੈਂ ਜਾ ਚੁੱਕਾ, ਕੋਈ ਕਸਬਾ ਐਸਾ ਨਹੀਂ ਹੈ ਜਿੱਥੇ ਲੋਕ ਸੁਭਾਸ਼ ਸ਼ਰਮਾ ਨੂੰ ਜਾਣਦੇ ਨਹੀਂ ਹੈ। ਮੇਰਾ ਪਾਰਟੀ ਦਾ ਆਪਣਾ ਬਹੁਤ ਵੱਡਾ ਸਾਡਾ ਸਟਰਕਚਰ ਹੈ ਬੂਥ, ਔਰ ਸਾਡਾ ਤਾਂ ਕੈਂਡੀਡੇਟ ਨਰਿੰਦਰ ਮੋਦੀ ਹੈ, ਸਾਡਾ ਤਾਂ ਕੈਂਡੀਡੇਟ ਕਮਲ ਦਾ ਫੁੱਲ ਹੈ, ਔਰ ਅਸੀਂ ਲੰਬੇ ਸਮੇਂ ਤੋਂ ਉਹਦੇ ਲਈ ਕੰਪੇਨ ਕਰ ਰਹੇ ਹਾਂ, ਇਸ ਲਈ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਸਭ ਲੋਕ ਮੈਨੂੰ ਜਾਣਦੇ ਆ, ਔਰ ਪਾਰਟੀ ਵੀ ਕੰਪੇਨ 'ਚ ਲੱਗੀ ਹੋਈ ਆ, ਕੋਈ ਬਿਲਕੁਲ ਪਿਛੜਨ ਵਾਲੀ ਗੱਲ ਨਹੀਂ, ਸਭ ਤੋਂ ਅਸੀਂ ਅੱਗੇ ਹਾਂ, ਤਗੜੇ ਹੋ ਕੇ ਕੰਪੇਨ ਕਰ ਰਹੇ ਹਾਂ, ਔਰ ਵੋਟ ਨਰਿੰਦਰ ਮੋਦੀ ਜੀ ਦੇ ਨਾਂ 'ਤੇ ਪੈ ਰਹੀ ਆ। ਮੈਂ ਜਿੱਥੇ ਜਾਂਦਾ, ਮੈਂ ਖੜ੍ਹਾ ਹੋ ਕੇ ਜਦੋਂ ਆਪਣੀ ਗੱਲ ਰੱਖਣੀ ਸ਼ੁਰੂ ਕਰਦਾ, ਅਤੇ ਲੋਕ ਕਹਿੰਦੇ ਆ ਡਾਕਟਰ ਸਾਹਿਬ ਤੁਹਾਨੂੰ ਲੋੜ ਹੀ ਨਹੀਂ ਆਪਣੀ ਕੋਈ ਗੱਲ ਕਹਿਣ ਦੀ, ਜੋ ਮੋਦੀ ਸਾਹਿਬ ਨੇ 10 ਸਾਲਾਂ 'ਚ ਕੰਮ ਕੀਤੇ ਆ, ਅਸੀਂ ਤਾਂ ਸੰਕਲਪ ਲੈ ਕੇ ਬੈਠੇ ਹਾਂ ਵੀ ਵੋਟ ਮੋਦੀ ਸਾਹਿਬ ਨੂੰ ਪਾਉਣੀ ਆ। ਐਡਾ ਜ਼ਬਰਦਸਤ ਅੰਡਰਕਰੰਟ ਜਿਹੜਾ ਇਸ ਵੇਲੇ ਮੇਰੇ ਹਲਕੇ 'ਚ ਵੀ ਔਰ ਪੰਜਾਬ 'ਚ ਵੀ ਚੱਲ ਰਿਹਾ। ਅਤੇ ਆਪਾਂ ਗੱਲ ਕਰਦੇ ਪਿੰਡ ਦੀ ਗੱਲ ਕਰਦੇ ਹਾਂ, ਉੱਥੇ ਕਿਸ ਤਰ੍ਹਾਂ ਦੇ ਕੰਮ ਨੇ ਕੇਂਦਰ ਸਰਕਾਰ ਨੇ ਕੀਤੇ ਨੇ, ਕਿਸ ਤਰ੍ਹਾਂ ਦੀਆਂ ਜ਼ਿਮੀਂਦਾਰਾਂ ਨੂੰ ਜਾਂ ਜਿਹੜੇ ਦਲਿਤ ਲੋਕ ਨੇ, ਗਰੀਬ ਲੋਕ, ਉਹਨਾਂ ਨੂੰ ਕਿਸ ਤਰ੍ਹਾਂ ਦੀ ਮਦਦ ਪਹੁੰਚੀ ਹੈ ਸੈਂਟਰ ਤੋਂ? ਦੇਖੋ, ਮੈਂ ਨਾ ਕੱਲ੍ਹ ਤੁਹਾਨੂੰ ਇੱਕੋ ਪਿੰਡ ਦੀ ਉਦਾਹਰਣ ਦੇ ਦਿੰਦਾ। ਮੈਂ ਕੱਲ੍ਹ ਕਾਂਗੜ ਪਿੰਡ ਗਿਆ, ਨੂਰਪੁਰ ਬੇਦੀ 'ਚ ਕਾਂਗੜ ਪਿੰਡ ਹੈ ਬਲੋਕ 'ਚ, ਉੱਥੇ ਲਗਭਗ 200-250 ਪਿੰਡ ਵਾਲੇ ਸੀਗੇ, ਵੱਡੀ ਗਿਣਤੀ 'ਚ ਐਕਸ ਸਰਪੰਚ ਵੀ ਪਾਰਟੀ ਸ਼ਾਮਿਲ ਹੋਏ, ਮੈਂ ਆਪਣੀ ਉੱਥੇ ਗੱਲ ਵੀ ਰੱਖੀ। ਮੈਨੂੰ ਬੜੀ ਜਾਣ ਕੇ ਬੜੀ ਤਸੱਲੀ ਹੋਈ ਇਸ ਗੱਲ ਦੀ, ਜਦੋਂ ਸਾਰੇ ਲੋਕ ਸ਼ਾਮਿਲ ਹੋਏ, ਪ੍ਰੋਗਰਾਮ ਹੋ ਗਿਆ, ਜਲਸਾ ਖਤਮ ਹੋ ਗਿਆ, ਮੈਨੂੰ ਕਹਿੰਦੇ ਚਾਹ ਪੀ ਕੇ ਜਾਇਓ, ਮੈਂ ਬੈਠਿਆ, ਮੈਂ ਕਿਹਾ ਇਹ ਤੁਹਾਡਾ ਕਿਵੇਂ ਮਨ ਬਣਿਆ, ਸਾਰੇ ਤੁਸੀਂ ਤਾਂ ਇੰਨੇ ਪੁਰਾਣੇ ਹੋ ਬੀਜੇਪੀ 'ਚ ਆਉਂਦਾ? ਉਹ ਕਹਿੰਦੇ, ਉਹਨਾਂ ਨੇ ਮੈਨੂੰ ਲਿਸਟ ਫੜਾਤੀ, ਕਹਿੰਦੇ ਸ਼ਰਮਾ ਜੀ ਸਾਡੇ ਇੱਥੇ ਲਗਭਗ 350-450 ਪਰਿਵਾਰ ਹੈਗਾ, ਛੋਟਾ ਹੀ ਪਿੰਡ ਹੈ ਸਾਡਾ, ਕੋਈ ਵੱਡਾ ਪਿੰਡ ਨਹੀਂ ਹੈਗਾ। ਉਹ 'ਚੋਂ 98 ਪਰਿਵਾਰ ਐਸੇ ਆ ਜਿਨ੍ਹਾਂ ਨੂੰ ਮੋਦੀ ਸਾਹਿਬ ਦੀ ਕਿਸੇ ਨਾ ਕਿਸੇ ਸਕੀਮ ਦਾ ਫਾਇਦਾ ਮਿਲ ਰਿਹਾ, ਕਿਸੇ ਦੇ ਖਾਤੇ 'ਚ ਪੈਸੇ ਆ ਰਹੇ ਆ ਕਿਸਾਨ ਦੇ, ਕਿਸੇ ਦੇ ਘਰ ਟੋਇਲਟ ਬਣਿਆ, ਕਿਸੇ ਨੂੰ ਸਿਲੰਡਰ ਮਿਲਿਆ, ਆਯੁਸ਼ਮਾਨ ਕਾਰਡ ਬਣਿਆ, ਕਿਸੇ ਗਰੀਬ ਨੂੰ ਛੱਤ ਮਿਲੀ, ਔਰ ਕਈ ਪਰਿਵਾਰ ਦੇ ਐਸੇ ਆ ਜਿਨ੍ਹਾਂ ਨੂੰ 3-3, 4-4 ਸਕੀਮਾਂ ਦਾ ਫਾਇਦਾ ਮਿਲਿਆ। ਉਹ ਕਹਿੰਦੇ ਯਾਰ, ਅਸੀਂ ਤਾਂ ਸੋਚ ਰਹੇ ਸੀ ਵੀ ਅਸੀਂ ਨਾ ਕਦੀ ਬੀਜੇਪੀ ਨੂੰ ਵੋਟ ਪਾਈ, ਨਾ ਕਦੀ ਬੀਜੇਪੀ ਸਾਡੇ ਹਲਕੇ 'ਚੋਂ ਜਿੱਤ ਕੇ ਗਈ, ਨਾ ਬੀਜੇਪੀ ਦਾ ਕਦੀ ਕੋਈ ਲੀਡਰ ਸਾਡੇ ਪਿੰਡ 'ਚ ਆਇਆ, ਨਾ ਅਸੀਂ ਕਿਸੇ ਕੋਲ ਕਦੀ ਗਏ, ਉਹਦੇ ਬਾਵਜੂਦ ਸਾਡੇ ਘਰ ਸਕੀਮਾਂ ਆ ਰਹੀਆਂ, ਸਾਨੂੰ ਫਾਇਦਾ ਮਿਲ ਰਿਹਾ ਹੈ। ਅਤੇ ਜੇ ਬਿਨਾਂ ਬੀਜੇਪੀ ਦੀ ਗੱਲ ਕੀਤੇ, ਬਿਨਾਂ ਬੀਜੇਪੀ ਨਾਲ ਜੁੜੇ, ਸਾਨੂੰ ਇੰਨਾ ਫਾਇਦਾ ਹੋ ਰਿਹਾ ਹੈ, ਅਤੇ ਜਿੱਦਣ ਅਸੀਂ ਬੀਜੇਪੀ ਨਾਲ ਜੁੜ ਗਏ, ਜਿੱਦਣ ਬੀਜੇਪੀ ਨੂੰ ਅਸੀਂ ਪਿੰਡ 'ਚੋਂ ਜਿਤਾ ਦਿੱਤਾ, ਆਪਣੇ ਹਲਕੇ 'ਚੋਂ ਜਿਤਾ ਦਿੱਤਾ, ਉੱਦਣ ਸਾਡੇ ਪਿੰਡ ਦੀ ਕੀ ਦਸ਼ਾ ਬੀਜੇਪੀ ਸਵਾਰੇਗੀ, ਇਹ ਸੋਚ ਕੇ ਬੀਜੇਪੀ 'ਚ ਆਏ ਹਾਂ। ਸੋ ਜਿਹੜੀ ਤੁਹਾਨੂੰ ਮੈਂ ਇੱਕ ਪਿੰਡ ਦੀ ਗੱਲ ਸੁਣਾਈ,
ਇਹ ਅੱਜ ਹਰ ਪਿੰਡ ਦੀ ਕਹਾਣੀ ਹੈ। ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਚਾਹੇ ਉਹ ਦਲਿਤ ਭਾਈਚਾਰਾ, ਚਾਹੇ OBC ਭਾਈਚਾਰਾ, ਚਾਹੇ ਜਨਰਲ ਵਰਗ ਦੇ ਗਰੀਬ ਨੇ, ਚਾਹੇ ਕਿਸਾਨ ਵੀਰ ਨੇ, ਵੱਡੀ ਗਿਣਤੀ 'ਚ ਮੋਦੀ ਜੀ ਦੀਆਂ ਸਕੀਮਾਂ ਦਾ ਲਾਭ ਉਹਨਾਂ ਨੂੰ ਮਿਲ ਰਿਹਾ। ਕਿਸਾਨ ਹਾਲੇ ਵੀ ਨਾਰਾਜ਼ ਨੇ, ਵਿਰੋਧ ਕਰਦੇ ਨੇ, ਬਹੁਤ ਜਗ੍ਹਾ ਦੇ ਉੱਪਰ ਵਿਰੋਧ ਹੋ ਰਿਹਾ ਹੈਗਾ। ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਦਾ ਵਿਰੋਧ ਹੈ ਇਹ? ਬਿਲਕੁਲ ਨਹੀਂ। ਕੱਲ੍ਹ ਜਿਸ ਪਿੰਡ 'ਚ ਮੈਂ ਗਿਆ, ਜੋ 250 ਜਾਣੇ ਬੈਠੇ ਸੀ ਅਤੇ ਉਹਨਾਂ 'ਚੋਂ 4-5 ਲੋਕ ਹੀ ਸਰਕਾਰੀ ਨੌਕਰੀ 'ਚੋਂ ਰਿਟਾਇਰ ਹੋਏ ਸੀ, ਬਾਕੀ ਸਭ ਕਿਸਾਨ ਹੀ ਸੀਗੇ। ਕੋਈ ਉਹਨਾਂ ਦਾ ਵਿਰੋਧ ਨਹੀਂ ਸੀ, ਬੜੇ ਉਤਸ਼ਾਹ ਨਾਲ ਜਕਾਰੇ ਲਾਉਂਦੇ ਹੋਏ BJP 'ਚ ਆਏ ਆ। ਇਹ ਜਿਹੜਾ ਵਿਰੋਧ ਦਾ ਭਰਮ ਫੈਲਾ ਰਹੇ ਆ ਯੂਨੀਅਨਾਂ ਦੇ ਕੁਛ ਕਾਰਕੁਨ ਨੇ, ਜਿਹੜੇ ਬਸ ਨਾਰੇ ਲਾਉਂਦੇ ਨੇ, ਮੀਡੀਆ 'ਚ ਖਬਰਾਂ ਬਣਨ 'ਚ ਲੱਗੇ ਰਹਿੰਦੇ ਨੇ, ਆਮ ਕਿਸਾਨ ਸਾਡੀ ਗੱਲ ਹੁਣ ਸੁਣ ਰਿਹਾ। ਜਿੰਨਾ ਇਹਨਾਂ ਨੇ 2-2.5 ਸਾਲ 'ਚ ਭਰਮ ਫੈਲਾਉਣਾ ਸੀ, ਜਿੰਨੀ ਇਹਨਾਂ ਨੇ ਕੂੜ ਪ੍ਰਚਾਰ ਕਰਨਾ ਸੀ ਕਰ ਲਿਆ, ਹੁਣ ਉਹ ਸਾਡੀ ਗੱਲ ਸੁਣ ਵੀ ਰਿਹਾ, ਸਮਝ ਵੀ ਰਿਹਾ, ਸਾਨੂੰ ਸਮਰਥਨ ਵੀ ਦੇ ਰਿਹਾ। ਦੇਖੋ ਬਾਣੀ 'ਚ ਲਿਖਿਆ, ਔੜਕ ਸੱਚ ਰਹੇ, ਅਲਟੀਮੇਟਲੀ ਟਰੁੱਥ ਨੇ ਹੀ ਪ੍ਰਵੇਲ ਕਰਨਾ। ਅਤੇ ਉਹ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਵੀ ਯਾਰ, ਕਿਸਾਨਾਂ ਦਾ ਜੇ ਕੋਈ ਹਿਤੈਸ਼ੀ ਹੈ ਤਾਂ ਉਹ ਤਾਂ ਨਰਿੰਦਰ ਮੋਦੀ ਹੈ। ਸਾਡੇ ਖਾਤੇ 'ਚ ਅੱਜ ਤੱਕ ਕਿੰਨੇ ਪੈਸੇ ਪਾਏ ਸੀ? ਯੂਰੀਆ DAP ਲਈ ਡਾਂਗਾਂ ਚੱਲਦੀਆਂ ਸੀ, ਲਾਠੀ ਚਾਰਜ ਹੁੰਦਾ ਸੀ, ਲਾਈਨਾਂ ਲੱਗਦੀਆਂ ਸੀ, ਬਲੈਕ ਮਾਰਕੀਟਿੰਗ ਹੁੰਦੀ ਸੀ, 10 ਸਾਲ 'ਚ ਕੋਈ ਦਿੱਕਤ ਨਹੀਂ ਆਈ। ਸਬਸਿਡੀ ਵਧੀ ਜਾ ਰਹੀ ਹੈ ਖਾਦ 'ਤੇ, ਹਰ ਵਾਰੀ MSP ਵਧੀ ਜਾ ਰਹੀ ਆ, ਮੰਡੀਆਂ 'ਚ ਇੱਕ ਦਾਣਾ ਮੋਦੀ ਸਰਕਾਰ ਚੁੱਕ ਰਹੀ ਆ, ਅਤੇ ਫਿਰ ਕਿਸ ਗੱਲੋਂ ਮੋਦੀ ਸਾਹਿਬ ਨੂੰ ਕਿਸਾਨ ਵਿਰੋਧੀ ਕਹੀ ਜਾਂਦੇ ਆ? ਇਸ ਕਰਕੇ ਅੱਜ ਲੋਕ ਸੱਚਾਈ ਸਮਝ ਰਹੇ ਆ, ਅੱਛਾ ਖਾਸਾ ਸਮਰਥਨ ਪਿੰਡਾਂ 'ਚੋਂ ਸਾਨੂੰ ਮਿਲ ਰਿਹਾ। ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉਸ ਹਲਕੇ ਨੂੰ ਲੈ ਕੇ ਅਗਰ ਤੁਸੀਂ MP ਬਣਦੇ ਹੋ ਤਾਂ ਤੁਹਾਡੀ ਪਹਿਲੀ ਪ੍ਰਾਇਓਰਟੀ ਕਿਆ ਹੈ ਕਿ ਮੈਂ ਇਹ ਕੰਮ ਇਸ ਖਾਲਸੇ ਦੀ ਧਰਤੀ ਵਾਲੀ ਸੀਟ ਹੈਗੀ ਹੈ ਉਹਦੇ ਵਾਸਤੇ ਕਰਨਾ ਹੈਗਾ? ਦੇਖੋ 3-4 ਕੰਮ ਮੇਰੀ ਪ੍ਰਾਇਓਰਟੀ ਹੈ। ਇੱਕ ਤਾਂ ਤੁਸੀਂ, ਮੈਂ ਜਦੋਂ ਉਸ ਹਲਕੇ 7-8 ਸਾਲ ਤੋਂ ਘੁੰਮਿਆ, ਜਦੋਂ ਮੈਂ ਮਨ ਬਣਾਇਆ ਕਿ ਮੈਂ ਇੱਥੋਂ ਇਲੈਕਸ਼ਨ ਲੜਨਾ, ਮੈਨੂੰ ਬੜੀ ਖੁਸ਼ੀ ਹੋਈ ਔਰ ਬੜੀ ਹੈਰਾਨੀ ਹੋਈ ਕਿ ਯਾਰ, ਹਲਕਾ ਪੰਜਾਬ ਦੀ ਕਿੱਡੀ ਵੱਡੀ ਵਿਰਾਸਤ ਨੂੰ ਸਮੇਟੀ ਬੈਠਾ, ਖਾਲਸੇ ਦੀ ਜਨਮ ਭੂਮੀ। ਫਿਰ ਅੱਗੋਂ ਆ ਜਾਓ ਤਾਂ ਸ਼੍ਰੀ ਚਮਕੌਰ ਸਾਹਿਬ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਧਰਤੀ, ਸ਼੍ਰੀ ਕੀਰਤਪੁਰ ਸਾਹਿਬ, ਗੁਰੂਆਂ ਦੀ ਚਰਨ ਛੋਹ ਪ੍ਰਾਪਤ। ਆਪਾਂ ਮੋਹਾਲੀ 'ਚ ਬੈਠੇ ਹਾਂ, ਨਾਲ ਹੀ ਚੱਪੜਚਿੜੀ ਦਾ ਮੈਦਾਨ ਜਿੱਥੇ ਬੰਦਾ ਬਹਾਦਰ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ। ਰੋਪੜ ਸਤਲੁਜ ਦੇ ਕੰਢੇ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ਾਂ ਨਾਲ ਇਤਿਹਾਸਿਕ ਸਮਝੌਤਾ ਹੋਇਆ ਵੀ ਪੰਜਾਬ ਵੱਲ ਵੇਖਿਓ ਵੀ ਨਾ। ਸ਼ਹੀਦੀ ਆਜਮ ਭਗਤ ਸਿੰਘ ਦੀ ਪਿਤਾ ਪੁਰਖੀ ਘਰ ਖਟਖੜ ਕਲਾਂ, ਖੁਰਾਲਗੜ੍ਹ ਸਾਹਿਬ, ਭਗਤ ਗੁਰੂ ਮਹਾਰਾਜ ਰਵਿਦਾਸ ਜੀ ਦਾ ਤਪੋਸਥਲੀ, ਭਗਵਾਨ ਪਰਸ਼ੂਰਾਮ ਜੀ ਦੀ ਜਨਮ ਸਥਲੀ ਰਕਾਸਨ, ਖੱਟਾ ਵੱਡਾ ਇਤਿਹਾਸ ਆ, ਅਤੇ ਟੂਰਿਸਟ ਕਿਉਂ ਨਹੀਂ ਆਉਂਦੇ ਇੱਥੇ? ਮੋਦੀ ਸਾਹਿਬ ਦਾ ਟੂਰਿਜ਼ਮ 'ਤੇ ਬਹੁਤ ਜ਼ਿਆਦਾ ਫੋਕਸ ਆ, ਅਤੇ ਮੇਰੇ ਮਨ 'ਚ ਹੈ ਕਿ ਮੈਂ ਜਿੱਤ ਕੇ ਜਾਵਾਂ ਅਤੇ ਮੋਦੀ ਸਾਹਿਬ ਨੂੰ ਬੇਨਤੀ ਕਰਾਂ ਵੀ ਆਪਾਂ ਇਸ ਪੂਰੇ ਹਲਕੇ ਦੀ ਮੈਪਿੰਗ ਕਰਾ ਕੇ ਇੱਥੇ ਇੱਕ ਟੂਰਿਜ਼ਮ ਸਰਕਟ ਡਿਵੈਲਪ ਕਰੀਏ, ਟੂਰਿਜ਼ਮ ਸਰਕਟ ਬਣਾ ਕੇ ਉੱਥੇ ਇਕੋਸਿਸਟਮ ਖੜਾ ਕਰੀਏ, ਉੱਥੇ ਇਨਫਰਾਸਟ੍ਰਕਚਰ ਖੜਾ ਕਰੀਏ, ਇਸ ਪੂਰੇ ਖਿੱਤੇ ਦੀ ਪੂਰੀ ਦੁਨੀਆ 'ਚ ਚੰਗੀ ਤਰ੍ਹਾਂ ਨਾਲ ਪ੍ਰਚਾਰ ਕਰੀਏ, ਮਾਰਕੀਟਿੰਗ ਕਰੀਏ, ਤਾਂ ਕਿ ਜਦੋਂ ਕੋਈ ਗੋਰਾ ਆਏ ਅਤੇ ਦਿੱਲੀ ਏਅਰਪੋਰਟ 'ਤੇ ਉਤਰੇ ਅਤੇ ਉਹ ਆਗਰੇ ਤਾਜ ਮਹਿਲ ਨਾਲ ਦੇਖਣ ਆਏ, ਖਾਲਸੇ ਦੀ ਧਰਤੀ ਨੂੰ ਸਿਰਜਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਆਏ, ਭਗਤ ਸਿੰਘ ਦੇ ਵਿਚਾਰ ਜਾਣਨ ਲਈ ਖਟਖੜ ਕਲਾਂ ਜਾਏ, ਬੰਦਾ ਬਹਾਦਰੀ ਦੀ ਬਹਾਦਰੀ ਦੇਖਣ ਆਏ, ਭਗਵਾਨ ਪਰਸ਼ੂਰਾਮ ਨੂੰ ਨਤਮਸਤਕ ਹੋਣ ਆਏ, ਟੂਰਿਜ਼ਮ ਵਧੇਗਾ ਅਤੇ ਰੁਜ਼ਗਾਰ ਵਧੇਗਾ, ਆਰਥਿਕਤਾ ਵਧੇਗੀ। ਮੋਹਾਲੀ ਤੋਂ ਇੰਟਰਨੈਸ਼ਨਲ ਫਲਾਈਟਾਂ ਕਿੱਡਾ ਵੱਡਾ ਇਸ਼ੂ ਆ, ਟੂਰਿਜ਼ਮ ਲਈ ਵੀ ਜ਼ਰੂਰੀ ਆ, ਵਪਾਰ ਅਤੇ ਇੰਡਸਟਰੀ ਲਈ ਵੀ ਜ਼ਰੂਰੀ ਆ, ਔਰ ਪੰਜਾਬੀ ਤਾਂ ਵੈਸੇ ਬੜੇ ਵਿਦੇਸ਼ ਜਾ ਰਹੇ ਆ, ਅਮਰੀਕਾ ਲਈ ਫਲਾਈਟ ਸ਼ੁਰੂ ਹੋਏ, ਕੈਨੇਡਾ ਲਈ ਫਲਾਈਟ ਸ਼ੁਰੂ ਹੋਏ, ਆਸਟ੍ਰੇਲੀਆ ਲਈ ਸ਼ੁਰੂ ਹੋਏ, ਯੂਰਪ ਦੇ ਦੇਸ਼ਾਂ ਲਈ ਸ਼ੁਰੂ ਹੋਏ, ਉਹਨੂੰ ਪ੍ਰਾਇਰਟੀ ਦੇ ਆਧਾਰ 'ਤੇ ਕਰਾਵਾਂਗੇ, ਇਹਨੂੰ ਸਹੀ ਮਾਇਨਿਆਂ 'ਚ ਅੰਤਰਰਾਸ਼ਟਰੀ ਏਅਰਪੋਰਟ ਬਣਾਵਾਂਗੇ। ਆਪਾਂ ਮੋਹਾਲੀ 'ਚ ਬੈਠੇ ਹਾਂ, ਮੋਹਾਲੀ IT ਦਾ ਹੱਬ ਬਣ ਰਿਹਾ ਪੰਜਾਬ 'ਚ, ਪਰ ਤੁਸੀਂ ਦੇਖੋ ਗੁੜਗਾਵਾਂ ਕਿੱਥੇ ਪਹੁੰਚ ਗਿਆ, ਬੈਂਗਲੁਰੂ ਕਿੱਥੇ ਪਹੁੰਚ ਗਿਆ, ਹੈਦਰਾਬਾਦ ਕਿੱਥੇ ਪਹੁੰਚ ਗਿਆ, ਮੋਹਾਲੀ ਵੀ ਉੱਥੇ ਜਾ ਸਕਦਾ। ਮੋਹਾਲੀ ਵੀ, ਇਕੱਲਾ ਮੋਹਾਲੀ ਪੂਰੇ ਪੰਜਾਬ ਦੀ ਅਰਥ ਵਿਵਸਥਾ ਨੂੰ ਖੜਾ ਕਰ ਸਕਦਾ ਜਿਵੇਂ ਉਹ ਬਾਕੀ ਸ਼ਹਿਰ ਕਰ ਰਹੇ ਆ, ਲੇਕਿਨ ਉਹਦੇ ਲਈ ਵਿਜ਼ਨ ਚਾਹੀਦਾ, ਉਹਦੇ ਲਈ ਕੇਂਦਰ ਸਰਕਾਰ ਦੀ ਸਪੋਰਟ ਚਾਹੀਦੀ ਆ, ਅਤੇ ਉਹ 'ਤੇ ਭਾਰਤੀ ਜਨਤਾ ਪਾਰਟੀ ਦਾ MP
ਔਰ ਸੁਭਾਸ਼ ਸ਼ਰਮਾ ਵਰਗਾ ਜਿਹੜਾ ਅਰਥ ਸ਼ਾਸਤਰ 'ਚ PhD ਕਰਕੇ ਦੇਸ਼ ਦੀ ਅਰਥ ਵਿਵਸਥਾ ਦੀਆਂ ਨੀਤੀਆਂ ਨੂੰ ਸਮਝਦਾ ਹੈ, ਸਮਝਦਾ ਕਿ ਕਿਵੇਂ IT ਸੈਕਟਰ ਨੂੰ ਖੜਾ ਕਰਨਾ ਹੈ, ਕਿਵੇਂ ਸਰਵਿਸ ਸੈਕਟਰ ਨੂੰ ਖੜਾ ਕਰਨਾ ਹੈ, ਉਹੀ ਕਰ ਸਕਦਾ। ਸੋ ਮੋਹਾਲੀ ਨੂੰ ਵੱਡਾ ਇੰਡਸਟਰੀਅਲ ਔਰ ਵੱਡਾ IT ਦਾ ਹੱਬ ਬਣਾਵਾਂਗੇ ਤਾਂ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਬੱਚਿਆਂ ਨੂੰ ਮੋਹਾਲੀ ਰੁਜ਼ਗਾਰ ਦੇ ਸਕੇ। ਡਰੱਗ ਮਾਫੀਆ ਖਤਮ ਕਰਾਂਗੇ। ਮਾਈਨਿੰਗ ਵਾਲੀ ਗੱਲ ਆਪਾਂ ਪਹਿਲਾਂ ਜ਼ਿਕਰ ਕਰ ਲਈ, ਮੈਂ ਉਹਨੂੰ ਦੁਹਰਾਉਣਾ ਨਹੀਂ ਹੈ। ਔਰ ਫਿਰ ਕੇਂਦਰ ਦੀ ਇੱਕ ਵੱਡੀ ਇੰਡਸਟਰੀ ਦੀ ਵੀ ਲੋੜ ਹੈ ਇੱਥੇ। ਦੇਖੋ NFL, BBMB ਬਹੁਤ ਸਾਲ ਪਹਿਲਾਂ ਆਇਆ ਸੀਗਾ, ਵੱਡਾ ਇੰਡਸਟਰੀ। ਰੇਲਵੇ ਦੇ ਨਾਲ ਜੁੜੀ ਕੋਈ ਵੱਡੀ ਇੰਡਸਟਰੀ ਆ ਸਕਦੀ ਹੈ। ਹੁਣ ਤਾਂ ਸਾਰੇ ਕੋਚ ਹਿੰਦੁਸਤਾਨ 'ਚ ਬਣਾ ਰਹੇ ਨੇ ਮੋਦੀ ਸਾਹਿਬ, ਅਤੇ ਅਸੀਂ ਬੇਨਤੀ ਕਰਾਂਗੇ ਕਿ ਮੋਦੀ ਸਾਹਿਬ ਤੁਸੀਂ ਕੋਚ ਬਣਾਉਣੇ ਆ, ਇੰਨੀਆਂ ਨਵੀਆਂ ਹਜ਼ਾਰਾਂ ਟ੍ਰੇਨਾਂ ਸ਼ੁਰੂ ਕਰਨੀਆਂ ਅਤੇ ਇੱਕ ਕੋਚ ਫੈਕਟਰੀ ਪੰਜਾਬ ਨੂੰ ਵੀ ਦੇ ਦਿਓ, ਔਰ ਪੰਜਾਬ ਨੂੰ ਦੇਣੀ ਆ ਅਤੇ ਖਾਲਸੇ ਦੀ ਧਰਤੀ ਨੂੰ ਦੇ ਦਿਓ, ਕਿਉਂਕਿ ਕਪੂਰਥਲੇ ਤਾਂ ਹੈਗੀ ਆ ਦੁਆਬੇ 'ਚ ਆਲਰੇਡੀ। ਸੋ ਇੱਥੇ ਮਿਲ ਜੂਗੀ, ਔਰ ਲੈ ਕੇ ਆਊਗਾ ਤੁਹਾਡਾ ਭਰਾ, ਇੱਕ ਵੱਡੀ ਇੰਡਸਟਰੀ ਲੈ ਕੇ ਆਊਗਾ। ਸੋ ਇਹ ਸਾਰੇ ਜਿਹੜੇ ਮੇਰੇ ਪ੍ਰਾਇਰਟੀ ਦੇ ਮੁੱਦੇ ਨੇ, ਅਤੇ ਉਹ ਗੱਲਾਂ ਸਾਰੇ ਕਰ ਰਹੇ ਨੇ, ਲੇਕਿਨ ਉਹ ਕਰਾਉਣੇ ਕਿੱਦਾਂ ਉਹਨਾਂ ਨੇ? ਇਹ ਸਾਰੇ ਚੀਜ਼ਾਂ ਕੇਂਦਰ ਸਰਕਾਰ ਨਾਲ ਜੁੜੀਆਂ, ਔਰ ਕੇਂਦਰ ਸਰਕਾਰ ਤਾਂ ਮੋਦੀ ਸਾਹਿਬ ਦੀ ਬਣ ਰਹੀ ਹੈ। ਸੋ ਮੋਦੀ ਸਾਹਿਬ ਦਾ ਪ੍ਰਤੀਨਿਧੀ ਜਿੱਤ ਕੇ ਜਾਏਗਾ, ਸੁਭਾਸ਼ ਸ਼ਰਮਾ ਇੱਥੋਂ ਜਿੱਤ ਕੇ ਆਏਗਾ, ਅਤੇ ਤੁਸੀਂ ਦੇਖਣਾ ਸਾਰੀਆਂ ਚੀਜ਼ਾਂ ਹੋਣਗੀਆਂ। ਮੀਡੀਆ ਨਾਲ ਗੱਲ ਕਰਨੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮਨੋਜ ਭਾਈ, ਬਹੁਤ ਬਹੁਤ ਧੰਨਵਾਦ। ਇਹ ਸੀ ਡਾਕਟਰ ਸੁਭਾਸ਼ ਸ਼ਰਮਾ, ਜਿਹੜੇ ਕਿ ਅਰਥ ਸ਼ਾਸਤਰ ਨੇ PhD ਕੀਤੀ ਅਰਥ ਸ਼ਾਸਤਰ ਵਿੱਚ। ਉਹ ਸਪਸ਼ਟ ਕਹਿੰਦੇ ਕਿ ਵੀਜ਼ਨ ਹੈ, ਮੇਰੇ ਪਾਸ ਵੀਜ਼ਨ ਹੈ ਪੂਰੇ ਹਲਕੇ ਨੂੰ। 8 ਸਾਲ ਤੋਂ ਮੈਂ ਹਲਕੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਜਾਣਿਆ ਹੈਗਾ ਜਦੋਂ ਅਕਾਲੀ ਦਲ ਦਾ ਉਮੀਦਵਾਰ ਸੀਗੇ, ਉਸ ਟਾਈਮ ਵੀ ਕੰਮ ਕਰਦਾ ਰਿਹਾ। ਅਤੇ ਕਹਿੰਦੇ ਨੇ ਇੱਕ ਵਾਰ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਸੀਂ ਅਪਣਾਓ ਅਤੇ ਉਹਨਾਂ ਨੂੰ ਵੋਟ ਪਾਓ, ਕਿਉਂਕਿ ਪਹਿਲੀ ਵਾਰ ਆਪਾਂ ਗੱਲ ਕਰੀਏ MP ਦਾ ਇਲੈਕਸ਼ਨ ਜਿਹੜਾ ਹੈਗਾ ਉਹ BJP ਪੂਰੇ ਪੰਜਾਬ ਵਿੱਚ ਆਪਣੇ ਦਮ 'ਤੇ ਲੜ ਰਹੀ ਹੈ। ਪਰ ਹੁਣ 1 ਜੂਨ ਨੂੰ ਵੀ ਪਤਾ ਚੱਲੇਗਾ ਕਿ ਲੋਕ ਕਿਸ ਕਰਵਟ ਬੈਠਦੇ ਹੈ, ਕਿ ਇਸ ਹਲਕੇ ਦੇ ਵਿੱਚ ਕਮਲ ਦਾ ਫੁੱਲ ਖਿਲਦਾ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਸਮਰਥਨ ਮਿਲਦਾ ਹੈ। ਮੈਨੂੰ ਮਨੋਜ ਜੋਸ਼ੀ ਨੂੰ 2024 ਅਖਾੜਾ ਦੇ ਵਿੱਚ ਦਿਓ ਇਜਾਜ਼ਤ। ਅਗਲੇ ਹਫ਼ਤੇ ਤੁਹਾਨੂੰ ਫਿਰ ਕਿਸੇ ਹੋਰ ਉਮੀਦਵਾਰ ਨਾਲ ਕਰਾਵਾਂਗੇ ਰੂਬਰੂ।